ਦੋਵਾਂ ਸ਼ਹੀਂ ਦਾ ਦਰੂਦ ਨਾਲ ਚੰਗਾ ਜੋੜੇ। ਉੱਚੇ ਆਵਾਜ਼ ਨਾਲ ਸਲਵਾਤ ਪੜ੍ਹੋ। ਬੰਦੇ ਢੇਰ ਬੈਠੇ ਹੋ, ਦਰੂਦ ਥੋੜ੍ਹੇ ਬੰਦਿਆਂ ਪੜ੍ਹਿਆ ਹੈ। ਜਿਹੜੇ ਚੁੱਪ ਬੈਠੇ ਹੋ ਉਹਨਾਂ ਨੂੰ ਚੁੱਪ ਦੀ ਦਾਵਤ ਦੇਣਾ। ਜਿੱਥੋਂ ਜਿੱਥੋਂ ਆਇਆ ਅੱਜ ਪ੍ਰਤੀਕ ਇਹ ਵੰਜ ਕੇ ਪੁੱਛੀ ਬਈ ਤੁਹਾਡਾ ਦਰੂਦ ਸ਼ਰੀਫ ਕੇ ਹੈ। ਉਹਨਾਂ ਆਖਣਾ ਸਾਡਾ ਦਰੂਦ ਅੱਲਾਹੁਮਾ ਸੱਲੇ ਅਲਾ ਮੁਹੰਮਦ ਅਲਾ ਆਲੇ ਹੀ ਵਾ ਸਹਾਬੇ ਹੀ ਵਾ ਅਜ਼ਵਾਜੇ ਹੀ ਵਾ ਜ਼ੁਰੀਅਤ ਹੀ। ਹੁਣ ਉਹਨਾਂ ਨੂੰ ਆਖੀ ਅਸਲਾ ਤੋ ਮੇਰਾਜ ਉਲ ਮੋਮਿਨ, ਨਮਾਜ਼ ਮੋਮਿਨ ਦੀ ਮੇਰਾਜ ਏ। ਅਸਲਾ ਤੋ ਇਮਾਦੁਦੀਨ, ਨਮਾਜ਼ ਦੀਨ ਦਾ ਸਤੂਨ ਏ। ਅਸਲਾ ਤੋ ਇਨ ਕੋਬਿਲਤ ਕੋਬਿਲਾ ਮਾ ਸਿਵਾ, ਜਿਹਦੀ ਨਮਾਜ਼ ਕਬੂਲ ਉਹਦੀ ਮਜਲਿਸ ਸੁਣੀ ਕਬੂਲ, ਜਿਹਦੀ ਨਮਾਜ਼ ਕਬੂਲ ਉਹਦੀ ਮਜਲਿਸ ਕਰਾਈ ਕਬੂਲ, ਜਿਹਦੀ ਨਮਾਜ਼ ਕਬੂਲ ਉਹਦਾ ਮਾਤਮ ਕਬੂਲ, ਜਿਹਦੀ ਨਮਾਜ਼ ਕਬੂਲ ਉਹਦਾ ਰੋਵਣ ਕਬੂਲ, ਜਿਹਦੀ ਨਮਾਜ਼ ਕਬੂਲ ਉਹਦੀ ਇਫਤਾਰੀ ਕਬੂਲ, ਜਿਹਦੀ ਨਮਾਜ਼ ਕਬੂਲ ਉਹਦੇ ਕਾਲੇ ਕੱਪੜੇ ਕਬੂਲ, ਜਿਹਦੀ ਨਮਾਜ਼ ਕਬੂਲ ਉਹਦੀ ਜ਼ਵਾਰੀ ਕਬੂਲ, ਜਿਹਦੀ ਨਮਾਜ਼ ਕਬੂਲ ਉਹਦੀ ਹਜ ਕਬੂਲ। ਜਿਤਨਾ ਨਮਾਜ਼ ਦੇ ਨਾਂ 'ਤੇ ਚੁੱਪ ਕਰੇ ਸੇ ਮਾਹਿ ਰਮਜ਼ਾਨ ਵਿੱਚ, ਉਤਨੀ ਵੇਰੀ ਮੈਂ ਨਮਾਜ਼ ਦਾ ਨਾਂ ਚਾਹੀਦਾ ਰਸ। ਹੈਦਰੀ ਦੀਨ ਦਾ ਯੁੱਗ ਨਮਾਜ਼ ਏ। ਸਾਨੂੰ ਤਾਂ ਉਹ ਦਰੂਦ ਸੁਣਾਓ ਜਿਹੜਾ ਤੁਸੀਂ ਤਰਾਵੀਆਂ ਤੇ ਨਮਾਜ਼ ਵਿੱਚ ਪੜ੍ਹਦੇ ਹੋ। ਜ਼ੇਨ ਤੇ ਜ਼ੋਰ ਦੇ ਵੀ ਮੌਲਵੀਆਂ ਨੂੰ ਸੁਣਨ ਦਾ ਕੋਈ ਮਕਸਦ ਹੁੰਦਾ ਹੈ? ਜਿਹੜਾ ਦਰੂਦ ਤੁਸੀਂ ਨਮਾਜ਼ ਤੇ ਤਰਾਵੀਆਂ 'ਚ ਪੜ੍ਹਦੇ ਹੋ। ਅੱਜ ਵੰਨ ਕੇ ਪੁੱਛੀ ਪ੍ਰਤੀਕ ਏ। ਉਹਨਾਂ ਆਖਣਾ ਉਹ ਤਾਂ ਅਸੀਂ ਪੜ੍ਹਨੇ ਆਏ ਅੱਲਾਹੁਮਾ ਸੱਲੇ ਅਲਾ ਮੁਹੰਮਦ ਅਲਾ ਆਲੇ ਮੁਹੰਮਦ ਪੀਰ ਸ਼ਮਸੀ ਸਾਹਿਬ ਕਿਬਲਾ। ਉਹ ਹੁਣ ਉਹਨਾਂ ਨੂੰ ਆਖ ਅਗਲੇ ਦਰੂਦ 'ਚ ਅਸਹਾਬੇ ਹੀ ਵੀ ਪੜ੍ਹਿਆ ਨੇ, ਅਜ਼ਵਾਜੇ ਹੀ ਵੀ ਆਖਿਆ ਨੇ। ਇਸ ਨਮਾਜ਼ ਵਾਲੇ ਦਰੂਦ 'ਚ ਨਾਂ ਕਿਉਂ ਨੇ ਚਾਹੀਦੇ? ਉਹਨਾਂ ਆਖਣਾ ਭਾਈਆ ਸਾਨੂੰ ਅਨਪੜ੍ਹ ਕਰਕੇ ਨਾ ਮਾਰ। ਸਾਨੂੰ ਇਤਨਾ ਪਤਾ ਲੱਗਦਾ ਹੈ ਜੇ ਨਮਾਜ਼ ਪੜ੍ਹਦਿਆਂ ਅਸਹਾਬ ਦਾ ਨਾਂ ਚਾ ਲਵੀਏ ਤੇ ਨਮਾਜ਼ ਰਹਿੰਦੀ ਨਹੀਂ। ਹਾਏ ਹਾਏ, ਬਿਸਮਿਲਾ ਕਰਾਂ ਬਿਸਮਿਲਾ ਕਰਾਂ। ਜੇ ਨਮਾਜ਼ ਪੜ੍ਹਦਿਆਂ ਅਸਹਾਬ ਦਾ ਨਾਂ ਚਾ ਲਵੀਏ ਨਮਾਜ਼ ਰਹਿੰਦੀ ਨਹੀਂ। ਇਹੋ ਕੁਝ ਥੋੜ੍ਹਾ ਜਿਹਾ ਫਰਕ ਏ ਆਲ ਤੇ ਅਸਹਾਬ ਦਾ। ਦੌਰਾਨ ਨਮਾਜ਼ ਅਸਹਾਬ ਦਾ ਨਾਂ ਆ ਵਜੇ ਨਮਾਜ਼ ਰਹਿੰਦੀ ਨਹੀਂ, ਆਲ ਦਾ ਨਾਂ ਨਾ ਆਵੇ ਨਮਾਜ਼ ਹੁੰਦੀ ਨਹੀਂ। ਹੈਦਰੀ ਅਗਲਾ ਗਵੇੜ ਕਰਕੇ ਮੈਨੂੰ ਆਪ ਦੱਸ, ਜਿਨ੍ਹਾਂ ਦਾ ਨਾਂ ਨਮਾਜ਼ ਨਹੀਂ ਸਾਂਦੀ ਬਾਂਗ ਸਾਂਦੀ ਏ? ਸਿਆਣੇ ਬੈਠੇ ਹੋ ਕਮਲੇ ਇੱਥੇ ਆਉਂਦੇ ਹੀ ਨਹੀਂ। ਜਿਨ੍ਹਾਂ ਦਾ ਨਾਂ ਬਾਂਗ ਨਹੀਂ ਸਾਂਦੀ ਕਲਮਾ ਸਾਂਦਾ ਹੈ। ਇਸ ਇਲਾਕੇ ਵਾਲਿਆਂ ਉਹ ਗੱਲ ਸਿਰਫ ਇੱਥੋਂ ਤਾਂ ਹੀ ਨਹੀਂ, ਮਸਜਿਦ ਨਬੀਏ ਪੈਗੰਬਰ ਪਾਕ ਵਾਜ ਪੈ ਫਰਮੈਂਦੇ ਨੇ। ਇੱਕ ਬੰਦੇ ਨੇ ਪਿੰਡ ਦਾ ਟੋਕਰਾ ਆਉਂਦਾ ਕਿਤਾਬਾਂ 'ਚੋਂ ਵਿਖਾ ਸਕਦਾ। ਨਬੀ ਪੁੱਛਿਆ ਯਾ ਮਹਾਜ਼ ਹੀ ਹਦੀਆ ਤੋਂ ਨਾ ਸਦਕਾ ਤੋਂ ਨਾ, ਹਦੀਆ ਹੈ ਯਾ ਸਦਕਾ ਹੈ? ਲਿਆਉਣ ਵਾਲਾ ਆਖਿਆ ਹਦੀਆ ਹੈ। ਨਬੀ ਆਲ ਵਾਲੇ ਪਾਸੇ ਵਿਹੜੇ 'ਚ ਅੰਦਰ ਗੱਲ ਛੁੜੇਂਦੇ ਹਨ, ਜੇ ਉਹ ਆਖਿਆ ਸਦਕਾ ਹੈ, ਨਬੀ ਉੱਥਾਂ ਹੀ ਬੈਠੇ ਸਾਹਬੀਆਂ ਹੀ ਤਕਸੀਮ 'ਚ ਫਰਮਾਈਂਦੇ ਹਨ, ਕਮਲੀ ਮਾਂ ਦੇ ਪੁੱਤਰਾ ਤੈਨੂੰ ਪਤਾ ਨਹੀਂ ਪਿਆ ਲੱਗਦਾ, ਹਦੀਏ ਦੇ ਖਾਵਣ ਵਾਲੇ ਹੋਰ ਹਨ, ਸਦਕੇ ਦੇ ਮੁਕਾਵਣ ਵਾਲੇ ਹੋਰ ਹਨ। ਜਿਹੜੇ ਅਸਹਾਬ ਆਲ ਦੇ ਰਲਾਵੇਂ ਪਿੰਡ ਟੁੱਕਰ ਤੇ ਨਮਾਜ਼ 'ਚ ਨਹੀਂ ਪੈਰਲ ਦੇ, ਉਹ ਬਾਂਗ ਕਲਮੇ ਤੇ ਦੀਨ 'ਚ ਆਲ ਨਾਲ ਕਿਵੇਂ ਰਲ ਸਕ? ਮੋਮਿਨੀਨ ਜ਼ਿੰਦਾਬਾਦ, ਸਾਦਾਤ ਉਜ਼ਾਮ ਜ਼ਿੰਦਾਬਾਦ, ਮਵਾਲੀਆ ਨੇ ਹੈਦਰ ਕਰਾਰ ਜ਼ਿੰਦਾਬਾਦ। ਸਦਕਾ ਪਾਕਾਂ ਦਾ ਉਹਦੀ ਜ਼ਾਤ ਤੁਹਾਡੀਆਂ ਹਯਾਤੀਆਂ ਦਰਾਜ਼ ਫਰਮਾਵੇ। ਹੈਦਰੀ ਬਾਨੀਆਂ ਸਮੇਤ, ਤੁਹਾਡੇ ਮੇਰੇ ਸਮੇਤ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾਵੇ। ਜਿਹੜੇ ਪਰਾਏ ਘਰ 'ਚ ਬਹਿ ਕੇ ਬੇਘਰਾਂ ਨੂੰ ਰੋਂਦੇ ਹੋ, ਅੱਲਾ ਤੁਹਾਡੇ ਘਰਾਂ ਨੂੰ ਤਾਰੋਜ਼ ਕਿਆਮਤ ਆਬਾਦ ਉਹ ਸ਼ਾਦ ਰੱਖੇ। ਬਾਰਵੀਂ ਸਰਕਾਰ ਹੁਜਤ ਦਾ ਜਲ ਜ਼ਹੂਰ ਫਰਮਾਵੇ। ਰਬਾਨੀ ਸਾਹਿਬ ਤੂੰ ਆਖਰੀ ਜੁਮਲੇ ਮਸਾਹਿਬ ਵਿੱਚ ਵੀ ਜਨਾਬ ਖਦੀਜਾ ਤੁਲ ਕੁਬਰਾ ਦੇ ਪੈ ਸੁਣਦੇ ਆਏ। ਅੱਜ 10 ਮਾਹ ਰਮਜ਼ਾਨ ਏ ਤੇ ਜਨਾਬ ਖਦੀਜਾ ਦਾ ਦਿਹਾੜਾ ਏ।
ਮੌਲੀ ਮੁਹੰਮਦ ਅਬਾਸ ਕੁਮੀ ਕੋ ਜੁਮਲੇ ਆਖੇ ਹੋਵਣ ਤੇ ਮੈਂ ਉਹਨਾਂ ਦੇ ਮਸਾਇਬ ਵਿੱਚ ਆਇਆ, ਉਹਨਾਂ ਤੋਂ ਪਿੱਛੇ ਕਹਿ ਨਹੀਂ ਜੁਮਲੇ ਆਖੇ ਅੱਜ ਦੇ ਦੇਹ ਦੇ ਮੁਤਲਕ, ਅੱਜ ਯੌਮ ਜਨਾਬ ਖਦੀਜਾ ਹੈ। ਪੈਗੰਬਰ ਫਰਮਾਉਂਦੇ ਨੇ ਅਜ਼ਵਾਜ ਉਰ ਰਸੂਲ ਉਮਾਹਾਤੁਲ ਮੋਮਿਨੀਨ, ਨਬੀ ਦੀਆਂ ਬੀਵੀਆਂ ਮੋਮਨਾਂ ਦੀਆਂ ਮਾਵਾਂ, ਤੇ ਬੀਵੀਆਂ ਹਨ ਨਬੀ ਦੀਆਂ ਯਾਰਾਂ, ਮਾਵਾਂ ਹਨ ਸਾਡੀਆਂ ਯਾਰਾਂ। ਇਲਾਕਾ ਪਿਆਰਾ ਹੈ, ਮੈਂ ਤੁਹਾਡੇ ਕੋਲੋਂ ਪੁੱਛਣਾ, ਜਿਨ੍ਹਾਂ ਦੀਆਂ ਯਾਰਾਂ ਮਾਵਾਂ ਹੋਵੇਣ, ਮਾਮੇ ਚੋਖੇ ਹੋ ਸੇਣ। ਬਿਸਮਿਲਲਾ। ਅੱਛਾ, ਇਹਦੂ ਆਵਾਜ਼ ਆਈ ਹੈ, ਗਿਣੀਂਦੇ ਹੀ ਨਹੀਂ। ਬਿਸਮਿਲਲਾ, ਚੁੱਪ ਕਰ ਗਏ ਹੋ। ਯਾਰਾਂ ਮਾਵਾਂ ਜੋ ਹੋਵੇਣ, ਮਾਮੇ ਉਹੀ ਤਾਂ ਢੇਰ ਸਾਰੇ, ਮਗਰ ਤਾਰੀਖ ਵਿੱਚ ਦੋ ਮਾਮੇ ਜਿਹੜੇ ਮੌਲਵੀਆਂ ਕੋਲੋਂ ਪੱਲੇ ਬੰਨ੍ਹ ਕੇ ਕੁਝ ਵੰਜਣ ਦੇ ਆਦੀ ਹੋ, ਦੋ ਮਾਮੇ ਬੜੇ ਹੀ ਮਸ਼ਹੂਰ ਹਨ। ਅੱਛਾ, ਮੈਂ ਇੱਧਰ ਜ਼ਿਲ੍ਹੇ ਜਾਂਗੜ ਮਰਾਜੇ, ਜਿਹੜਾ ਮਾਂ ਦਾ ਬਿਲਾ ਹੋਵੇ ਅਸਾਂ ਉਹਨੂੰ ਮਾਮਾ ਛੱਡੇ ਆਏ। ਅੱਛਾ, ਤੁਹਾਡੇ ਲਈ ਇੰਨੇ ਆਦੇ ਭੈਣ ਹਰ ਮੰਨੇ ਅਰਬ ਤਾਂ ਹੀ ਇੰਨੇ, ਮਾਂ ਦਾ ਬਿਲਾ ਮਾਮਾ, ਪੰਜਾਬੀ ਵਿੱਚ, ਉਰਦੂ 'ਚ ਮਾਮੂ ਮਾਮਾ, ਅਰਬੀ ਵਿੱਚ ਖਾਲ, ਮਾਮੇ ਨੂੰ ਖਾਲ ਛੱਡੇਂਦੇ ਨੇ। ਦੋ ਮਾਮੇ ਤਾਰੀਖ ਵਿੱਚ ਬੜੇ ਮਸ਼ਹੂਰ ਹੋਣ ਢੇਰੇ ਨੇ, ਇੱਕ ਮਾਮਾ ਮੁਹੰਮਦ ਬਿਨ ਅਬੀ ਬਕਰ, ਐਸ਼ਾ ਏ ਸਿੱਦੀਕਾ ਸਾਡੀ ਮਾਂ ਏ, ਉਹਦਾ ਬਿਰਾ ਏ। ਇਹ ਮੋਮਨਾਂ ਨੂੰ ਮੁਹੰਮਦ ਬਿਨ ਅਬੀ ਬਕਰ ਮਾਮਾ ਚੰਗਾ ਲੱਗਦਾ ਹੈ, ਕਿਉਂਕਿ ਸਾਰੀ ਜ਼ਿੰਦਗੀ ਅਲੀ ਦੇ ਦੇਰੇ 'ਤੇ ਪੱਲਿਆ ਏ, ਜਿਨ੍ਹਾਂ ਨੂੰ ਤਾਰੀਖ ਆਉਂਦੀ ਹੈ ਉਹ ਬੁਲਿਆ ਏ, ਬਾਕੀ ਚੁੱਪ ਰਹਿਣ ਤਾਂ ਉਹਨਾਂ ਦੀ ਆਪਣੀ ਮਰਜ਼ੀ ਏ। ਦੂਏ ਮਾਮੇ ਦਾ ਤੈਨੂੰ ਪਤਾ ਲੱਗਦਾ ਹੈ, ਜਦੋਂ ਰਜਬ ਦੀ ਬਾਵੀ ਆਉਂਦੀ ਏ ਉਹਦੇ ਨੇੜੇ, ਜੁਮੀਆਂ 'ਚ ਤਕਰੀਰਾਂ ਹੁੰਦੀਆਂ ਨੇ, ਕੂੰਡੇ ਨਾ ਪਕਾਇਆ ਏ, ਟਿਕੜੇ ਨਾ ਕੱਢਿਆ ਏ, ਕੱਦਾਂ 'ਤੇ ਏਡੇ ਏਡੇ ਇਸ਼ਤਿਹਾਰ ਲੱਗਦੇ ਨੇ, ਕੂੰਡੇ ਨਾ ਪਕਾਇਆ ਏ, ਹਲਵਾ ਨਾ ਰਿਨਿਆ ਏ। ਖਾਲ ਉਲ ਮੁਸਲਮੀਨ, ਰਜਬ ਦੀ ਬਾਵੀ ਨੂੰ ਮੁਸਲਮਾਨਾਂ ਦੇ ਮਾਮੇ ਮਾਵੀਏ ਦੀ ਵਫਾਤ ਦਾ ਦਿਹਾੜਾ ਏ, ਉਹ ਮਾਮਾ ਮੁਸਲਮਾਨਾਂ ਨੂੰ ਚੰਗਾ ਲੱਗਦਾ ਏ। ਹੋ ਗਈ ਤਵੱਜੋ, ਮੁੱਕ ਗਈ ਤਮਹੀਦ, ਮਜ਼ਮੂਨ ਸ਼ੁਰੂ। ਇਹ ਜੋ ਸੁਬਹ ਦੀ 10 ਵਜੇ ਦੀ ਮਜਲਿਸ ਸ਼ੁਰੂ ਹੋਈ ਏ ਤੇ ਹੁਣ 4 ਵੱਜ ਗਏ ਨੇ, ਇਹ ਇੱਕ ਰਿਸ਼ਤਾ ਤਾਂ ਪਕਾਈ ਵਜੋਂ ਅੱਜ ਦੀ ਮਜਲਿਸ ਵਿੱਚ, ਬਾਕੀ ਕੀ ਮਾਂ ਰਮਜ਼ਾਨ ਨੂੰ ਦੰਦੀ ਸਰਗਾਣੇ, ਹੁਣ ਐਲਾਨ ਸੁਣਦੇ ਵੀ ਪਏ ਆਏ। ਇਹ ਇੱਕ ਰਿਸ਼ਤਾ, ਤੇ ਜਿਤਨੇ ਬੈਠੇ ਹੋ ਸਰਦਾਰ ਸਾਹਿਬਾਨਾਂ ਸਮੇਤ, ਸਰਗਾਣੇ, ਕਮਲਾਣੇ, ਦਾਦੂਆਣੇ, ਰਜਬਾਣੇ, ਸਾਰੇ ਅਰਾਈ, ਗੁੱਜਰ, ਰਾਜਪੂਤ, ਰਾਣੇ, ਉਮਤੀ, ਜਿਤਨੇ ਹੀ ਬੈਠੇ ਹੋ, ਰਿਸ਼ਤਾ ਪਕਾ ਕੇ ਵੰਜਿਆ ਹੈ। ਉਹ ਕਿਹੜਾ ਰਿਸ਼ਤਾ? ਬਲੋਚਾਂ ਸਮੇਤ ਹਜ਼ਰਤ ਉਮੇ ਹਬੀਬਾ, ਮਾਮਾ ਕਿਵੇਂ ਰਿਸ਼ਤੇ ਤੋਂ ਬੰਦਾ ਮੁਕਰ ਵਹਿੰਦਾ ਹੈ? ਨਹੀਂ ਨਾ ਮੁਕਰਦਾ। ਬਿਸਮਿਲਲਾ ਕਰਾਂ। ਇਹ ਮਾਮਾ ਕਿਵੇਂ? ਹਜ਼ਰਤ ਉਮੇ ਹਬੀਬਾ ਰਜ਼ੀ ਅੱਲਾਹ ਤਾਲਾ ਅਨਹਾ, ਅਬੂ ਸੁਫੀਆਨ ਦੀ ਧੀ ਏ, ਮਾਵੀਏ ਦੀ ਭੈਣ ਏ, ਯਜ਼ੀਦ ਦੀ ਫੁੱਫੀ ਏ, ਨਬੀ ਪਾਕ ਦਾ ਹਰਮ ਏ, ਸਾਡੀ ਮਾਂ ਏ। ਸਾਫਰੇ ਹੀ ਵੇਖ ਲਾ, ਪੇਕੇ ਹੀ ਵੇਖ ਲਾ। ਹਾਏ 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 ਹਾਏ, ਜਿਹੜੇ ਚੁੱਪ ਬੈਠੇ, ਚੁੱਪ ਦਾ ਰੋਜ਼ਾ, ਦੋਵਾਂ ਫਿਕਾ 'ਚ ਹਰਾਮ ਹੀ ਨੇ। ਕੁਝ ਬੁਲਿਆ ਏ, ਹਲਿਆ ਏ, ਜੁਲਿਆ ਏ, ਕੋਸ਼ਿਸ਼ ਕਰਸਾਂ, ਪੱਖੇ ਚੱਲਦੇ ਪਏ। ਮੇਰੇ ਭਾਈਓ, ਮੇਰੇ ਦੋਸਤੋ, ਦੁਬਾਰਾ ਉਮਤੀ ਬੰਦੇ ਰਿਸ਼ਤਾ ਪਕਾਇਆ ਏ ਹਜ਼ਰਤ ਉਮੇ ਹਬੀਬਾ, ਤੇ ਤਕਲੀਫ ਇਹ ਹੀ ਅਸਾਂ ਉਮਤੀਆਂ ਨੂੰ, ਮਾਂ ਰਮਦਾਨ ਦਾ ਚੰਨ ਚੜ੍ਹੇ, ਉਮਤੀਆਂ ਰੋਜ਼ਾ ਰੱਖਣਾ ਏ ਤੇ ਜੰਨਤ ਡਹੀਵਣੀ ਏ, ਬਾਂਗ ਆ ਗਈ ਏ ਨਮਾਜ਼ ਪੜ੍ਹਨੀ ਏ ਤੇ ਜੰਨਤ ਡਹੀਵਣੀ ਏ, ਦਾੜੀ ਲੈ ਪਈ ਏ ਰੱਖਣੀ ਏ ਤੇ ਜੰਨਤ ਡਹੀਵਣੀ ਏ, ਸਾਲ ਦੀ ਬਚਤ ਹੋ ਗਈ ਏ ਖੁਮਸ ਕੱਢਣਾ ਏ ਤੇ ਜੰਨਤ ਡਹੀਵਣੀ ਏ, 21 ਮਣਾ ਤੂੰ ਕਣਕ ਵੱਧ ਗਈ ਏ ਜ਼ਕਾਤ ਕੱਢਣੀ ਏ ਤੇ ਜੰਨਤ ਡਹੀਵਣੀ ਏ, ਪੈਸੇ ਹੋ ਗਏ ਮਜਲਿਸ ਕਰਾਵਣੀ ਏ ਜੰਨਤ ਡਹੀਵਣੀ ਏ, ਨਹੀਂ ਪੈਸੇ ਮਜਲਿਸ ਸੁਣਨੀ ਏ ਜੰਨਤ ਡਹੀਵਣੀ ਏ, ਮਾਤਮ ਕਰਨਾ ਏ ਜੰਨਤ ਡਹੀਵਣੀ ਏ, ਰੋਵਣਾ ਏ ਜੰਨਤ ਡਹੀਵਣੀ ਏ, ਉਮਤੀਆਂ ਨੂੰ ਜੰਨਤ ਡਹੀਵਣੀ ਏ, ਨੇਕ ਕੰਮ ਕੀਤਿਆਂ ਏ ਮੇਰਾ ਫਿਰਾ ਗੁਜਰਾਂ ਸਮੇਤ, ਉਮਤੀਆਂ ਨੂੰ ਜੰਨਤ ਡਹੀਵਣੀ ਏ, ਨੇਕ ਕੰਮ ਕੀਤਿਆਂ। ਸਈਦਾਂ ਕੋਲੋਂ ਮਾਫ਼ੀ ਮੰਗ ਕੇ ਜੁਮਲਾ ਪਿਆ ਦਾਂ, ਤੇ ਸਈਦਾਂ ਨੂੰ 7 ਦੀਆਂ 7 ਮੌਜਾਂ, ਸੈਦ ਪੁਲੇ ਸਿਰਾ ਤੂਰਾਂ ਰਹਿ ਵੰਜਣ ਤਾਂ ਵੀ ਇਹਨਾਂ ਦੇ ਆਪਣੇ ਬੈਠੇ ਨੇ, ਪਰਾਂ ਲੱਗੇ ਵੰਜਣ ਤਾਂ ਵੀ ਸੈਦਾਂ ਦੇ ਆਪਣੇ ਬੈਠੇ ਨੇ। ਬਿਸਮਿਲਲਾ, ਸਿਆਣੇ ਬੰਦੇ ਬੈਠੇ, ਕਿੱਦਾਂ ਹੀ ਸਈਦਾਂ ਦੇ ਨਾਨਕੇ ਬੈਠੇ ਨੇ। ਬਿਸਮਿਲਲਾ, ਹਾਂ ਤੇ ਕਿੱਦਾਂ ਹੀ ਸਈਦਾਂ ਦੇ ਦਾਦਕੇ ਬੈਠੇ ਨੇ। ਮਾਮੇ ਮੇਰਾ ਫਿਰਾ ਜਨਾਬ ਖਦੀਜਾ ਤਜ਼ਕਰਾ,
ਅੱਜ ਉਹਨਾਂ ਦਾ ਦਿਹਾੜਾ ਆਈ। ਵਾਇਜ਼ੀਨ ਜ਼ਾਕਰੀਨ ਨੇ ਬਹੁਤ ਹੀ ਘੱਟ ਕੀਤਾ ਹੈ, ਹਾਲਾਂਕਿ ਜਨਾਬ ਖਦੀਜਾ ਤੇ ਕਸੀਦੇ ਵੀ ਲਿਖੇ ਗਏ। ਖਦੀਜਾ ਸਾਡੀ ਪਹਿਲੀ ਮਾਂ ਹੈ, ਚੁੱਪ ਕਰ ਗਏ ਹੋ। ਖਦੀਜਾ ਤੁਲਕੁਬਰਾ ਹਸਨ ਤੇ ਹੁਸੈਨ ਦੀ ਨਾਨੀ, ਜ਼ਹਰਾ ਦੀ ਅੰਮਾ, ਸਾਡੀ ਪਹਿਲੀ ਮਾਂ ਹੈ। ਮੌਲਵੀ ਜੁਮੇ ਵਾਲੇ ਦਿਹਾੜੇ ਮਾਂ ਰਮਜ਼ਾਨ ਵਿੱਚ ਡੇਢ ਘੰਟਾ ਇੱਕ ਸਾਇਆ ਮਾਂ ਦੇ ਫਜ਼ਾਇਲ ਪੜ੍ਹਦਿਆਂ ਥੱਕਦਾ ਨਹੀਂ, ਖਦੀਜਾ ਮਾਂ ਦਾ ਜ਼ਿਕਰ ਕਰਦਾ ਨਹੀਂ। ਖਦੀਜਾ ਦਾ ਇਹੋ ਜੁਰਮ ਹੈ ਜੋ ਖਦੀਜਾ ਜ਼ਹਰਾ ਦੀ ਅੰਮਾ ਹੈ। ਨਹੀਂ ਥੱਕੋ ਜਾਂ ਨਾਰਾ ਨਹੀਂ। ਜਨਾਬ ਖਦੀਜਾ ਦੀ ਉਮਰ, ਮਜਲਿਸ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਖਦੀਜਾ ਦੀ ਉਮਰ 45 ਸਾਲ ਏ, ਮਿੱਠੇ ਮਦਨੀ ਤੇ ਸੋਹਣੇ ਅਰਬੀ ਦੀ ਉਮਰ 25 ਸਾਲ ਏ। ਖਦੀਜਾ ਦੀ ਉਮਰ 45 ਸਾਲ, ਮੁਹੰਮਦ ਦੀ ਉਮਰ 25 ਸਾਲ। ਨਬੀ ਨੇ ਨਹੀਂ ਖਾਹਿਸ਼ ਕੀਤੀ ਮੈਂ ਸ਼ਾਦੀ ਕਰਦਾ, ਖਦੀਜਾ ਸੁਨੇਹਾ ਘਲਿਆ ਹੈ। ਬਿਸਮਿਲ੍ਲਾ, ਅਗਰ ਪੈਗੰਬਰ ਖਾਹਿਸ਼ ਕਰੇ ਨਾ ਕਿਆਮਤ ਤਾਈ ਮੁਸਲਮਾਨਾਂ ਨੂੰ ਤਾਨੇ ਢਾਈ ਵੇਣਾ, ਮੁਸਲਮਾਨਾਂ ਦਾ ਨਬੀ ਏਜਡ ਬੀਵੀ ਤੇ ਏਜਡ ਮੁਹੰਮਰ ਔਰਤ ਦੀ ਦੌਲਤ ਤੇ ਮਰ ਗਿਆ ਹੈ। ਆਪ ਨਬੀ ਖਾਹਿਸ਼ ਨਹੀਂ ਖਦੀਜਾ ਕੀਤੀ ਹੈ, ਔਰ ਤੈਨੂੰ ਪਤਾ ਹੀ ਨਹੀਂ। ਕੁਝ ਬੰਦਿਆਂ ਨੂੰ ਪਤਾ ਹੈ ਜਿਹਨਾਂ ਨਹੀਂ ਪਤਾ, ਅੱਜ ਸੁਣ ਕੇ ਵੰਜ ਖਦੀਜਾ ਕੇ ਹੈ। ਮਲਕਾ ਅਰਬ ਨਹੀਂ ਮਲੀਕਾ ਤੋਂ ਅਰਬ ਹੈ। ਹਰ ਅਰਬੀ 5000 ਹੁਸੈਨ ਦੀ ਨਾਨੀ ਖਦੀਜਾ ਦਾ ਮਕਰੂਜ਼ ਹੈ। ਸ਼ਾਦੀ ਹੋਈ, ਨਬੀ ਦੇ ਘਰ ਆਈ, ਬਾਈਕਾਟ ਹੋ ਗਿਆ, ਹਵੇਲੀ ਵਿੱਚ ਕੱਲੀ ਬੈਠੀ ਹੈ। ਆਦੀ ਹੈ ਯਾ ਨਬੀ ਅੱਲਾ, ਇਹ ਲੋਕ ਕਲਮਾ ਕਿਉਂ ਨਹੀਂ ਪੜ੍ਹਦੇ? ਨਬੀ ਫਰਮਾਇਆ ਯਾ ਦਿਨ ਇਸਲਾਮ ਦਿਲ ਭੁੱਖੇ ਕਾਫਰਾਂ ਦੇ ਰਾਜੇ ਰਾਜਾ ਲਾ ਪਾਸਾ ਕਿਉਂ ਛੁੜਾ, ਭੁੱਖ ਦਿਲ ਕਿਉਂ ਆਵੀਏ? ਖਦੀਜਾ ਪਈ ਆਦੀ ਹੈ ਮੇਰਾ ਜੋ 90,000 ਉੱਠ ਮਾਲ ਦਾ ਲੱਡੇ ਹੋਇਆ ਲੈ ਕੇ ਆਪ ਯਮਨ ਅਤੇ ਮਿਸਰ ਮੈਸਰਾ ਦੇ ਇਕੱਠੇ ਵੇਚਣ ਵਹਿੰਦਾ ਹੈ। ਉਹ 90 ਦੇ 90,000 ਉੱਠ ਦੀਆਂ ਨਕੇਲਾਂ ਵੀ ਸੋਨੇ ਦੀਆਂ ਹਨ, ਕਿੱਲੇ ਵੀ ਸੋਨੇ ਦੇ ਹਨ। ਉਹ ਸਾਰੀ ਦੌਲਤ ਇਹਨਾਂ ਨੂੰ ਉਧਾਰ ਦੇ, ਇਹ ਕਾਰੋਬਾਰ ਕਰਨ, ਜਿਹੜੇ ਫੜਨ ਵਾਪਸ ਚ ਕਰਨ, ਜਿਹੜੇ ਨਾ ਫੜਨ ਘਾਟਾ ਹੀ ਤਾਂ ਬਣਦਾ, ਮੁਨਾਫਾ ਵੀ ਨਹੀਂ ਹੁੰਦਾ। ਉਹਨਾਂ ਦੇ ਬਾਰੇ ਸੋਚ ਲਈ ਸਾਂ। ਨਬੀ ਨੇ 90 ਦਾ 90,000 ਉੱਠ ਖਦੀਜਾ ਦਾ ਸਾਰੀ ਦੌਲਤ ਦੀਨ ਤੇ ਕੁਰਬਾਨ ਕੀਤੀ। ਜਿਹੜਾ ਅੱਜ ਦਾ ਦਿਹਾੜਾ ਹੈ, ਤਾਰੀਖ ਪੜ੍ਹ, ਤਾਰੀਖੀ ਮੌਲਵੀਆਂ ਤੇ ਜ਼ਾਕਿਰਾਂ ਤੂੰ ਪੁੱਛ, ਜਨਾਬ ਖਦੀਜਾ ਦੇ ਘਰ ਚ ਕਫਨ ਜੋਗੇ ਪੈਸੇ ਕੋਈ ਨਾ ਹਨ। ਜਿੱਦਾਂ 90,000 ਉੱਠ ਮਾਲ ਦਾ, ਕਿੱਲੇ ਤੇ ਨਕੇਲਾਂ ਸੋਨੇ ਦੀਆਂ, ਦੌਲਤ ਦੀਨ ਇਸਲਾਮ ਤੇ ਕਰਜ਼ਾ ਦਿੱਤਾ, ਹਰ ਅਰਬੀ ਮਕਰੂਜ਼ ਹੈ। ਹਵੇਲੀ ਵਿੱਚ ਬਹਿ ਕੇ ਆਦੀ ਹੈ ਯਾ ਨਬੀ ਅੱਲਾ, ਅੱਜ ਮੇਰੇ ਮਕਰੂਜ਼ਾਂ ਨੂੰ ਇਕੱਠਾ ਕਰਾਓ, ਐਲਾਨ ਕਰੋ। ਨਬੀ ਨੇ ਐਲਾਨ ਕਰਵਾਇਆ, ਪੂਰਾ ਅਰਬ ਇਕੱਠਾ ਹੋਇਆ, ਲਾਈਨਾਂ ਬਣ ਗਈਆਂ ਅਰਬ ਦੀਆਂ। ਕਨਾਤ ਦੇ ਅੰਦਰੋਂ ਬਹਿ ਕੇ ਪਈ ਆਦੀ ਹੈ ਯਾ ਰਸੂਲ ਅੱਲਾ, ਇਹਨਾਂ ਨੂੰ ਆਖੋ ਜਿਨ੍ਹਾਂ ਵਾਪਸ ਕੀਤਾ ਕੀਤਾ, ਜਿਨ੍ਹਾਂ ਵਾਪਸ ਨਹੀਂ ਕੀਤਾ ਤੇ ਕਰ ਸਕਦੇ ਨਹੀਂ, ਉਹਨਾਂ ਨੂੰ ਆਖੋ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਉੱਲਾ ਅਲੀ ਉਨ ਵਲੀ ਉੱਲਾ। ਕਲਮਾ ਪੜ੍ਹਦੇ ਵੰਜਣ, ਕਰਜ਼ਾ ਮਾਫ਼ ਕਰਾਈਂਦੇ ਵੰਜਣ, ਕਲਮਾ ਪੜ੍ਹਦੇ ਵੰਜਣ, ਕਰਜ਼ਾ ਮਾਫ਼ ਕਰਾਈਂਦੇ ਵੰਜਣ, ਕਲਮਾ ਪੜ੍ਹਦੇ ਵੰਜਣ, ਕਰਜ਼ਾ ਮਾਫ਼ ਕਰਾਈਂਦੇ ਵੰਜਣ। ਜਦੋਂ ਤਾਈਂ ਪਿਛਲਿਆਂ ਨਹੀਂ ਬੋਲਣਾ, ਮੈਂ ਇਹੋ ਆਖੀ ਰੱਖ ਹੈਦਰੀ। ਯਾ ਇਲੀ, ਡੇਰ ਬੰਦਿਆਂ ਕਲਮਾ ਇਸੇ ਵਾਸਤੇ ਪੜ੍ਹੇ ਆਏ ਜੋ ਕਰਜ਼ਾ ਲੈ ਵੰਜੇ, ਉਧਾਰ ਲੱਥਾ ਉਹ ਪਿਛੜੂ ਦੇ ਹਟ ਗਏ। ਬਿਸਮਿਲ੍ਲਾ, ਜਿਹੜੇ ਬੰਦੇ ਜ਼ੇਨ ਰੱਖੀ ਬੈਠੇ ਨੇ, ਜੋ ਕੁਝ ਮੁਲਕੇ ਚ ਹੋਵੇ, ਮੌਲੀ ਅਨਵਰ ਅਲੀ ਮਜਲਿਸ ਦੱਸਿੰਦਾ ਤਾਂ ਹੈ, ਮੈਂ ਹੁਣ ਦੱਸਣ ਲੱਗਾ। ਅੱਜ ਤੂੰ 4 ਮਹੀਨੇ ਪਹਿਲੇ TV ਪਾਕਿਸਤਾਨ ਤੇ 22 ਕਰੋੜ ਪਾਕਿਸਤਾਨੀਆਂ ਨੂੰ ਵਿਖਾਈਂਦਿਆਂ ਸੁਣਾਈਂਦਿਆਂ, ਉਹ ਤੇਰੇ ਹਜ਼ਰਤ ਅਲਾਮਾ ਮੌਲਾਨਾ ਤਾਰਿਕ ਜਮੀਲ ਸਹੁ ਆਖਿਆ ਹੀ, ਆਜ ਸੇ ਅਲੀ ਕੋ ਹਜ਼ਰਤ ਅਲੀ ਨਾ ਕਹਾ ਕਰੋ। ਬਿਸਮਿਲ੍ਲਾ, ਜਿਹੜਾ ਬੰਦਾ ਸਾਰਾ ਦੇ ਆਪਣੀ ਜ਼ੁਬਾਨ ਤੇ ਅਲੀ ਦਾ ਨਾਂ ਨਹੀਂ ਲਿਆ ਸਕਿਆ,
ਹੈਦਰੀ। ਮਿਹਰਬਾਨੀ, ਉਹਨੂੰ ਚੁੱਪ ਦੀ ਦਾਵਤ ਹੈ, ਜੁਮਲਾ ਦਾ ਤਕੱਬਰ ਨਹੀਂ। ਆਲੇ ਮੁਹੰਮਦ ਦੇ ਮਿੰਬਰ ਤੇ ਜਿਹੜਾ ਜਿਤਨਾ ਜ਼ਿਆਦਾ ਝੁੱਕ ਕੇ ਆਵੇ ਸੈਯਦ, ਉਤਨਾ ਜ਼ਿਆਦਾ ਤਾਂ ਫਰਮਾਈਂਦੇ ਨੇ। ਟੀ ਵੀ ਦੀ ਬਾਤ ਹੈ, ਰਿਵਾਇਤ ਨਹੀਂ ਅੱਖੀ ਤੇ ਕੰਨਾਂ ਦੀ। ਅਲੀ ਕੋ ਤਾਰਿਕ ਜਮੀਲ ਪੇ ਆਦਾ ਹੀ, ਜਿਹੜਾ ਰੋਜ਼ ਹੁਣ ਵੀ ਟੀ ਵੀ ਤੇ ਪੂਰੇ ਮਾਹ ਰਮਜ਼ਾਨ ਚ ਆਉਂਦਾ ਪਿਆ। ਅਲੀ ਕੋ ਹਜ਼ਰਤ ਅਲੀ ਨਾ ਕਹਾ ਕਰੋ, ਉਹਨੇ ਮੌਲਾ ਅਲੀ ਕਹਾ ਕਰੋ। ਕਿਉਂ ਖੁੰਮੇ ਗਦੀਰ ਕੇ ਮੈਦਾਨ ਮੇ ਪਲਾਨੋ ਕਾ ਮਿੰਬਰ ਬਣਾ ਕੇ ਹਾਥ ਮੇ ਹਾਥ ਡਾਲ ਕੇ ਨਬੀ ਨੇ ਫਰਮਾਇਆ, ਮਨ ਕੁਨ ਤੋ ਮੌਲਾ ਓ ਫਹਾਜ਼ਾ ਅਲੀ ਉਨ ਮੌਲਾ। ਯਾ ਅਲੀ, ਅੱਛਾ ਖੁੰਮੇ ਗਦੀਰ ਮੈਂ 5 ਦਫਾ ਗਿਆ, ਕਿਉਂਕਿ ਮੈਂ ਹਜ ਤੇ 5 ਵਾਰੀ ਗਿਆ। ਇਹ ਖੁੰਮੇ ਗਦੀਰ ਦਾ ਚੌਕ ਏ, ਇਹ ਰਾਹ ਬਸਰੇ ਨੂੰ, ਇਹ ਯਮਨ ਨੂੰ, ਉਹ ਮੱਕੇ ਨੂੰ, ਇਹ ਮਦੀਨੇ ਨੂੰ। ਮਨ ਕੁਨ ਤੋਂ ਮੌਲਾ ਆਖਣ ਤੋਂ ਬਾਅਦ ਨਬੀ ਨੇ ਅਲੀ ਨੂੰ ਅਲੈਦਾ ਇੱਕ ਮਿੰਬਰ ਲਵਾ ਕੇ ਦਿੱਤਾ। 18 ਦਿਲ ਹਜ ਹੱਥ 'ਚ ਹੱਥ ਪਾ ਕੇ ਖਿਲਾਫਤ ਦੀ ਪੱਗ ਅਲੀ ਦੇ ਸਿਰ ਤੇ ਰੱਖੀ। 1.25 ਲੱਖ ਨੂੰ ਹੁਕਮ ਦਿੱਤਾ, ਅਲੀ ਨੂੰ ਮੁਬਾਰਕ ਦਿਓ। ਆ ਮੌਲੀ ਤੂੰ ਰੁਬਾਈ ਸੁਣ, ਜ਼ਾਕਿਰਾਂ ਤੇ ਮੌਲਵੀਆਂ ਦੀਆਂ ਰੁਬਾਈਆਂ 'ਚ ਫਰਕ ਹੁੰਦਾ ਏ। ਦੂਏ ਖਲੀਫੇ ਮੁਬਾਰਕ ਪੈ ਦਿੰਦੇ ਨੇ, ਮੁਬਾਰਕ ਦਿੰਦਿਆਂ ਪਿਆਦਾ ਬਖਨ ਬਖਨ ਲਕਾ ਯਾ ਅਮੀਰ ਅਲ ਮੋਮਿਨੀਨ ਅੰਤਾ ਮੌਲਾ ਵ ਮੌਲਾ ਕੁੱਲੋ ਮੋਮਿਨਨ ਵ ਕੁੱਲੋ ਮੋਮਿਨਤਿਨ। ਅਲੀ ਮੁਬਾਰਕ ਹੋਵੇ, ਅੱਜ ਤੂੰ ਬਾਅਦ ਤੂੰ ਮੇਰੇ ਸਮਾਇਤ। ਹਰ ਮੋਮਿਨ ਮਰਦ ਦਾ ਵੀ ਮੌਲਾ ਹੈ, ਹੈ ਭਾਈ ਲਿਆ ਹੁਸੈਨ, ਹਰ ਮੋਮਿਨਾ ਮਸਤੂਰ ਦਾ ਵੀ ਮੌਲਾ ਹੈ। ਇਹਦਾ ਮਤਲਬ ਹੈ ਕੁਝ ਹਾਜੀ ਟਬਰੀਤੇ ਵੀ ਗਏ ਹੋਏ ਹਨ, ਇਹ ਮੁਬਾਰਕ ਪਿਆ ਦਿੰਦਾ ਹੈ। ਇਹ ਮੂਵੀ ਬਣਦੀ ਪਈ ਹੈ, 5-7 ਸਾਲ ਵੇਖ ਲਈ ਸੇ। ਕਿਸੇ ਜਨਤੀ ਸ਼ਾਇਰ ਨੇ ਕਲਮ ਚਾਹੀਏ, ਤਾਰੀਖ ਰੁਬਾਈ ਲਿਖੀ ਹੈ ਜਿਹੜੀ ਕਿਆਮਤ ਤੱਕ ਮੂਵੀ ਦੀ ਸ਼ਕਲ ਹੀ ਤਾਰੀਖ 'ਚ ਮੌਜੂਦ ਹੈ। ਲੁਤਫੋ ਨੂੰ ਆਮਣਾ ਜਿਹੜਾ ਨਮਾਜ਼ ਪੜ੍ਹਦਾ ਹੈ, ਉਹ ਪਿਆਦਾ ਹੈ ਸ਼ਹਿਰ ਲਾਉਲਾ ਕਹਿ ਕੇ ਲਾ ਇਲਮੀ ਕਾ ਜੋ ਇਕਰਾਰ ਕਰਤੇ ਹੈ, ਮੁਬਾਰਕਬਾਦ ਵੀ ਕਹਤੇ ਹੈ ਫਿਰ ਇਨਕਾਰ ਕਰਤੇ ਹੈ। ਅਰੇ ਨੀਯਤ ਸੇ ਮੂੰਹ ਤੋ ਕਰ ਲਿਆ ਕਾਬਾ ਕੀ ਸਿਮਤ ਕੋ, ਵਿਲਾਇਤ ਜਬ ਯਾਦ ਆਤੀ ਹੈ ਤੋ ਫਿਰ ਇਨਕਾਰ ਕਰਤੇ। ਮਿਹਰਬਾਨੀ, ਜਵਾਨੀ ਮਾਨ ਯਾ ਅੱਛਾ। ਅੱਲਾਹੁ ਅਕਬਰ ਯਾ ਰਸੂਲ ਅੱਲਾ ਹੈਦਰੀ। ਮਿਹਰਬਾਨੀ, ਜਵਾਨੀ ਮਾਣੇ, ਅਰਜ਼ ਕਰਦਾ ਗੁਜ਼ਾਰਿਸ਼ ਏ, ਅਸੀਂ ਤੇਰੇ ਤਾਰਿਕ ਜਮੀਲ ਦੇ ਆਖੇ ਤੇ ਅਲੀ ਨੂੰ ਮੌਲਾ ਨਾ ਆਧੇ ਆਸੇ ਨਾ ਆਧੇ ਹਾਂ। ਯਾਰ ਤੇਰਾ ਇਲਾਕਾ ਉਹ ਇਲਾਕਾ ਖੁਸ਼ਾਮਦ ਨਹੀਂ, ਹਕੀਕਤ ਹੈ ਯਾ ਬਈ। ਇੱਕੋ ਗੱਲ, ਅਗਰ ਉਹ ਇੱਕੋ ਜੁਮਲੇ ਤਰਾਏ ਵੇਲੀ ਲੈ ਜਾ ਬਦਲ ਕੇ ਕੀਤੇ ਵੰਜਣ ਤੇ ਮਾਨਾ ਬਦਲ ਵੈਂਦਾ ਤੇ ਤੂੰ ਸਮਝ ਲੈਂਦਾ। ਹੁਣ ਤਾਂ ਆਖਿਆ ਕਰ ਅਲੀ ਮੌਲਾ, ਮੈਂ ਕਿਹ ਪਿਆ ਨਾ, ਹੁਣ ਤਾਂ ਆਖਿਆ ਕਰ ਮੌਲਾ ਅਲੀ, ਤੇਰਾ ਤਾਰਿਕ ਜਮੀਲ ਪਿਆ ਦਾਈ। ਅਸੀਂ ਜਦਾ ਦਿਆ ਸੇ ਸਾਨੂੰ ਆ ਧਿਆਨ, ਇਹ ਨਬੀ ਏਡਾ ਵੇਡਾ ਕਿਹੜਾ ਫਰਮਾਨ ਜਾਰੀ ਕਰ ਲਿਆ, ਹਦੀਸ ਆਖ ਦਿੱਤੀ ਹੈ। ਮੌਲਾ ਦਾ ਮਾਨੀ ਤਾਂ ਯਾਰ ਏ, ਮੌਲਾ ਦਾ ਮਾਨੀ ਤਾਂ ਦੋਸਤ ਏ। ਉਹ ਇਬਹਾਮ ਵੀ ਟੀ ਵੀ ਪਾਕਿਸਤਾਨ ਤੇ ਤਾਰਿਕ ਜਮੀਲ ਨੇ ਦੂਰ ਕਰ ਦਿੱਤਾ ਈ। ਉਹ ਪਿਆਦਾ ਯਹਾਂ ਮੌਲਾ ਕਾ ਮਾਨੀ ਯਾਰ ਨਹੀਂ, ਯਹਾਂ ਮੌਲਾ ਕਾ ਮਾਨੀ ਦੋਸਤ ਨਹੀਂ। ਨਬੀ ਫਰਮਾ ਰਹੇ ਹੈ ਖੁੰਮੇ ਗਦੀਰ ਕੇ ਮੈਦਾਨ ਮੇ ਜਿਸ ਜਿਸ ਕਾ ਮੈਂ ਮੌਲਾ ਹੂੰ, ਮੇਰੇ ਬਾਅਦ ਜਿਸ ਜਿਸ ਕਾ ਮੈਂ ਸਰਦਾਰ ਹੂੰ, ਮੇਰੇ ਬਾਅਦ ਉਸ ਉਸ ਕਾ ਅਲੀ ਹਾਕਮ ਉਹ ਸਰਦਾਰ ਹੈ। ਤੇਰੇ ਪੂਰੇ 2 ਜ਼ਿਲ੍ਹਿਆਂ ਦਾ ਜੂਸ ਹੈ ਬੈਠਾ ਮਜਮੇ 'ਚ। ਦੇਰ ਮੇਰੇ ਵਾਕਿਫ ਬੈਠੇ ਨਿੱਧੂ ਆਦੂ ਦੇ ਸਾਰੇ ਸਾਹਿਬਾਨ, ਅਰਬੀ 'ਚ ਮੌਲਾ ਦਾ ਮਾਨੀ ਮੈਂ ਤੈਨੂੰ ਅੱਜ ਪਕਵਾ ਕੇ ਵਹਿਣਾ, ਪਕਵਾ ਕੇ ਵਹਿਣਾ, ਮੈਂ ਜ਼ਿੰਮੇਦਾਰੀ ਨਾਲ ਪਿਆ ਤਾਂ। ਅੱਛਾ ਜੇ ਮੌਲਾ ਦਾ ਮਾਨੀ ਹਰ ਥਾਰੇ ਤੋਂ ਦੋਸਤ ਤੇ ਯਾਰ ਦਾ ਹੀ ਲੈਣਾ ਹੈ, ਅੱਜ ਜਿਹੜੇ ਲਈ ਪ੍ਰਤੀਕ ਹੈ ਵੰਜੋ ਆਪਣੇ ਬਾਲਾਂ ਨੂੰ ਆਖਿਆ, ਮੇਰਾ ਪੁੱਤਰ ਤੋਹਫਾ ਤੋਂ ਇਲਾਵਾ ਮੈਂ ਆਪ ਖਰੀਦ ਕੇ ਘਰ ਰੱਖੇ ਹੋਇਆ, ਮੌਲੀ ਅਨਵਰ ਅਲੀ ਪੁਰਬਾਣਿਆ ਦਿਲ ਪੜਿਆ, ਤੋਹਫਾ ਚਾ ਲਿਆ ਵੇ ਨਾ ਅਤੇ ਬਾਬੂ ਨਿਕਾਹ ਕੱਢ, ਜਿੱਥੇ ਨਿਕਾਹ ਪੜ੍ਹੀਂਦਾ ਹੈ ਉਸ ਨੂੰ ਆਖੀ ਉਹ ਕੱਢ ਸੀ। ਸੁੰਨੀ ਬਿਰਾ ਆਖਣ ਹਿਦਾਇਆ ਕੱਢ, ਮੌਲਵੀ ਪੜ੍ਹਿਆ ਹਵਾਲਾ ਦਿੱਤਾ। ਦੋਵੇਂ ਕਿਤਾਬਾਂ ਸ਼ੀਆ ਸੁੰਨੀ ਵਾਸਤੇ ਹੁਕਮ ਕੇ ਨਿਕਾਹ ਖਾਨ, ਜਿਹੜੇ ਲੈ ਨਿਕਾਹ ਪੜ੍ਹਨ ਲੱਗੇ ਜਿਹੜੇ ਬੈਠੇ ਹੋਵੇਣ ਉਹਨਾਂ ਤੂੰ ਪੁੱਛੇ ਇਸ ਲੜਕੀ ਦਾ ਵਲੀ ਕੌਣ ਏ, ਵਾਲੀ ਕੌਣ ਏ, ਮੈਂ ਇਜਾਜ਼ਤ ਲਵਾਂ ਅਤੇ ਨਿਕਾਹ ਪੜ੍ਹਾਂ। ਜੇ ਹਰ ਥਾਰੇ ਵਾਲੀ ਵਲੀ ਦਾ ਮਾਨਾ ਤੂੰ ਯਾਰ ਹੀ ਲਵਣਾ ਹੈ, ਨਿਕਾਹ ਪੜ੍ਹਨ ਵੇਲੇ ਮੌਲੀ ਕੇ ਪੁੱਛਦਾ ਪਿਆ ਹੈ।
बिस्मिल्लाह को गल्लां दी समझ आई। ए छोटे बाल मोबाइल ही लई बैठे इन्हें हुणे मैनू भरना शुरू कर देना है अपने अपने मोबाइलों के विच। मैं दूई गल हुण करूँ हाँ जिहड़ी मुल्क च आम है। ये जनाब नू बड़ी सेक आई तुहानू भी बड़ा अमानतदार है तो इसे बल्ले वाले नू वोट दे भी है तो पूरे मुल्क वाले दिते इतने कि शुक्र है इस इलाके च इस वेरी तो सैयद बन गए। चुप कर गए हो तुहाडा हाँ नहीं ठरिया। अच्छा अर्जे करदा गुजारे से पूले चवा सूबियां च मुल्क च बल्ला चलिया उन मजलसां दी मंजूरी लो बूहे ते पुलिस बवे मातम करिए बूहे ते पुलिस जुमा होवे मसीत दे बूहे ते पुलिस ए सारे तरावियां पढ़ावन तां बूहे ते मसीह ए बूहे ते पुलिस बैठी है मसीत दे बूहे ते पुलिस है मातम च ही पुलिस है हर थारे पुलिस दी निगरानी है सारियां इबादतां इस बल्ले ते मैं डिठा है। शिया दिन मेरे अल्लाह ए त्राए वन डे इंग्लैंड तू हार गए हैं हुण चौथा आंदा पिया गाजी अब्बास दा वास्ता है इहो तां जुता चा सुन्नी भीरा बरेलवी देवबंदी आते मेरे अल्लाह तेनू तो अपने सोहने हबीब का वास्ता इो टीम जिता उन्हें कान शियाई दुआ सुन्नी दुआ। मैं आख्या मौली अनवर अली नेड़े हो के वेख तो सही ये बल्ला बला के ही है मैनू तो इो समझ आई है त्राए डंडे टंगे खलोते न वह बंदा चंद ते अपड़ गया ही तू अजा खजी नू कमांद खत्ती खलोता है मैनू इो कुछ समझ आई है त्राए डंडे टंगे खलोते न चौथे नू बल्ला दे के तिना की हिफाजत वास्ते खड़ा की तो होया इन्हें जदों भी तिना की हिफाजत कराई है चौथे कोलू गल समझ ना बिस्मिल्ला जिन्हें समझ आ गई है उन्हें नारा भी लाया है दाद भी दिती है जेड़े अजे भी चोपे नातां तां सिर नाल वेंदियां जेड़े ढो हैदरी जेड़े ढोर नूं आदत पै वञे उखलानी नाल सिंघ मारन दी उह सारा सियाला दोहें दे गवाढ़ियां नहीं डाण दिता। उखलानी लद्दी ने इस कद्दे च सिंघ टक्कर मारी रखी गवाढ़ियां मसें शुकर कीता है बहर निकले ढोर राती आराम दे तो सामने आए मच्छर दी खैर है ठोक ठोक आली अर्जे करदा गुजारे से बोलना नसीबा आली जुबान है अड्डिया ते खपना है पिकौड़ी पुल ते बह के रल लैना है इलेक्शन च खपना इत्थे तेरा बोलन कान पक्षियां दी हवा ते साइवान दी छां ते कालीना ते बह के अली दा ना चावन कान जुमे रात माह रमजान तेरा दिल नहीं पिया खरेंदा जे मौत बदरू दे बुद्ध नू आ गई कबर च गया मानी मामो कदा जवाब किवें दे से तीन डंडे टंगे खलोते चौथे नू बल्ला दे के उन्हां दी हिफाजत वास्ते खड़ा कीतो है तेरे ने छोटा बच्चियां नू भी पता है जे गेंद बल्ले ते लगे लीके ते वञे ते चौका लीके तू परां वञे ते छक्का जे ग्राउंड रहे डंडे वाले दौड़ लेंदे इतने ताई गेंद कै डंडे नू लग वञे ओ रन आउट हो वैंदा है। सिर्फ अज कतर च रन आउट नहीं इंग्लैंड च रन आउट नहीं दुबई ते शारजा च रन आउट नहीं जेड़ा हुण ना बोलिया मैनू तकलीफ डाढ़ी हो सी वैंदियां ताई मैं वन के पढ़ना कुछ बदर च रन आउट होए कुछ ओहद च रन आउट होए कुछ खंदक च रन आउट होए कुछ खैबर च रन आउट होए जेड़े उत्थू बचे ओ जमल च रन आउट हो बिस्मिल्ला। अच्छा क्या मजे की बात है आस्ट्रेलिया इंग्लैंड की टीम ईसाइया की टीम है श्रीलंका की टीम यहूदियों की टीम है इंडिया की टीम काफरां की टीम है मुसलमाना ते बंगलादेश की टीम ते पाकिस्तान की मुसलमाना की टीम है पूरी दुनिया है क्रिकेट का उसूल है यारह खिलाड़ी खेड देन बार मैनू एमरजेंसी है लसड़ेन देन बिस्मिल्लाह। अल्लाह तुहाडियां जिंदगियां दराज फरमावे
ਸਦਕਾ ਪਾਕਾਂ ਦਾ ਉਹਦੀ ਜ਼ਾਤ ਕਿਸੇ ਦਾ ਮੁਹਤਾਜ ਨਾ ਕਰਨੇ। ਖੈਰ ਦੁਨੀਆਂ ਦੀ ਵਾਰੀ ਤਾਂ ਢੇਰ ਬੰਦੇ ਚੁੱਪ ਰਹੇ ਨੇ, ਅਲੀ ਦਾ ਨਾਂ ਨਹੀਂ ਚਾ ਸਕੇ। ਮੇਰੇ ਬਾਰੇ 'ਚ ਮੈਂ ਇਦਿਆ ਦੇ ਵੇਧਾ ਰਿਹਾ, 8-10 ਬੰਦਿਆਂ ਹੋਠ ਨਹੀਂ ਫੁਰਕੇ। ਕੁਝ ਬੰਦੇ ਅਲੀ ਦਾ ਨਾਂ ਚਾਵਣ ਤੂੰ ਇੰਜ ਵਹਿੰਦੇ ਨੇ ਜੇ ਹੁਣੀ ਚੁੱਪ ਰਹੇ ਉਹ ਜਿੱਤ ਗਏ ਮੈਂ ਹਰ ਗਿਆ। ਕੁਝ ਅਲੀ ਦਾ ਨਾਂ ਚਾਵਣ ਤੂੰ ਕਬੀਰ ਵਾਲੇ ਕੁੱਕੜ ਹੱਟੇ ਤਾਈਂ ਇੰਜ ਵਹਿੰਦੇ ਨੇ ਜਿਵੇਂ ਇਹ ਕਰਮਾਂ ਵਾਲੀਆਂ, ਘਰ ਵਾਲੇ ਦਾ ਨਾਂ ਚਾਵਣ ਤੂੰ ਵਹਿੰਦੀਆਂ ਨੇ। ਤੁਹਾਡੇ ਰਿਵਾਜ ਦਾ ਤਾਂ ਮੈਨੂੰ ਪਤਾ ਹੀ ਨਹੀਂ, ਮੈਂ ਤਾਂ ਇੱਧਰ ਕਦੇ ਕਦੇ ਆਉਣਾ। ਮੈਂ ਇੱਧਰ ਘਰ ਮਹਾਰਾਜੇ ਦੇ ਰਿਵਾਜ ਇਹ ਘਰ ਵਾਲੇ ਦਾ ਨਾਂ ਨਹੀਂ ਚਾਹੀਦੀਆਂ। ਹਕਾਰਤ ਤੂੰ ਨਹੀਂ, ਤਾਰੀਖੀ ਮੌਲਵੀ ਤੇ ਜ਼ਾਕਿਰਾਂ ਨੂੰ ਸੁਣਦੀਆਂ ਨੇ, ਇਹਨਾਂ ਹਦੀਸਾਂ ਸੁਣੀਆਂ ਹੋਈਆਂ ਨੇ। ਅਰ ਰਿਜਾਲੋ ਕਵਾਮੂ ਨਾ ਅਲ ਨਿਸਾ, ਮਰਦ ਔਰਤਾਂ ਤੇ ਹਾਕਿਮ ਤੇ ਸਿਰਦਾਰ ਹਨ, ਇਹ ਸਾਨੂੰ ਸਿਰਦਾਰ ਮੰਨਦੀਆਂ ਨੇ। ਜਿਹਨੂੰ ਸਿਰਦਾਰ ਮੰਨ ਲਵੀ ਵੀ ਉਹਦਾ ਨਾਂ ਨਹੀਂ ਚਵੀਂਦਾ, ਉਹਨੂੰ ਅਖੀਂਦਾ ਨਵਾਬ ਸਾਹਿਬ, ਖਾਨ ਸਾਹਿਬ, ਮਾਰ ਸਾਹਿਬ, ਮਲਿਕ ਸਾਹਿਬ, ਰਾਣਾ ਸਾਹਿਬ, ਚੌਧਰੀ ਸਾਹਿਬ। ਬਿਸਮਿਲ੍ਲਾ ਇਦੋਂ ਹੀ ਇੱਕ ਆਵਾਜ਼ ਆਈ ਨੇ ਹੈਦਰੀ, ਇਹ ਮੰਨਦੀਆਂ ਨੇ ਸਾਨੂੰ ਸਿਰਦਾਰ। ਆਪਸ ਵਿੱਚ ਬੈਠੇ ਆ ਜਿਵੇਂ ਹਰ ਕਹਿਣ ਦੀ ਸਿਰਦਾਰੀ ਨਿਭਦੀ ਪਈ ਹੈ ਤੇ ਗੁੱਗ ਵਸਦੇ ਪਏ ਉਹ ਕਹਿਣ ਨੂੰ ਬੋਲੀ ਹੈ। ਬਿਸਮਿਲ੍ਲਾ ਬਾਹਰ ਨਾ ਹੋ। ਕੁਝ ਬੰਦੇ ਅਲੀ ਦਾ ਨਾਂ ਛਾਵਣ ਤੂੰ ਇੰਜ ਵਹਿੰਦੇ ਨੇ ਜਿਵੇਂ ਘਰ ਵਾਲੇ ਦਾ ਨਾਂ। ਹੇ ਕਰਮਾ ਅਲੀ ਦੇ ਘਰ ਵਾਲੇ ਦਾ ਨਾਂ ਰਮਜ਼ਾਨ ਆਈ, ਇਸ ਨਾਂ ਦਾ ਕੋਈ ਬੰਦਾ ਬੈਠੋ ਹੋਵੇ ਉਸ ਦਿਨ ਵੇਖਣਾ ਵੀ ਨਹੀਂ ਤੇ ਅੱਜ ਉਹਨੂੰ ਬੁਲਾਵਣਾ ਹੀ ਨਹੀਂ। ਕੱਲ੍ਹ ਤੇ ਗੱਲ ਚੱਕਰਿਆ ਹੈ, ਕੁਝ ਤਾਂ ਉਧਾਰ ਕਰੋ ਹੀ ਸਹੀ ਚਾ, ਨਾਵਾਂ ਤੇ ਨਾਂ ਹੁੰਦੇ ਨੇ। ਮੈਂ ਪਾਰ ਵਾਲੇ ਰਮਜ਼ਾਨ ਦੀ ਗੱਲ ਫਿਰ ਕਰਨਾ, ਪੁੱਤਰ ਦਾ ਨਾਂ ਹਸ ਮੁਹੰਮਦ ਬਖਸ਼, ਭਾਈ ਆਜ਼ਾਦ ਹੁਸੈਨ ਅਜ਼ੀਜ਼ ਹੈ ਮੇਰਾ ਭਾਈ, ਕਿਤੇ ਅਜ਼ੀਜ਼ ਹੈ, ਛੋਟਾ ਹੈ ਨਾ ਢੇਰ ਸਾਰਾ, ਅਤੇ ਮੈਂ ਇਸ ਤੂੰ 2 ਮੀਲ ਪੜ੍ਹਾਂ ਅਤੇ ਮੈਂ ਇੱਧਰੋਂ 6 ਮੀਲ ਪੜ੍ਹਾਂ, ਕੱਛੀ ਸ਼ੁਰੂ ਹੁੰਦੀ ਹੈ। ਕੱਛੀ ਵਾਲਾ ਬੰਦਾ ਮੈਂ ਇੱਧਰੋਂ ਪਹਿਲੂ ਪੜ੍ਹ ਵੀ ਗਿਆ। ਕੱਛੀ ਵਾਲਿਆਂ ਦੀ ਰਿਵਾਇਤ ਇਸ ਮੈਂ ਮੁਸਗਰ ਕਰਕੇ ਛੱਡੇਂਦੇ ਨੇ, ਮੁਕੱਬਰ ਨਹੀਂ, ਇਹ ਖੁਦਾ ਬਖਸ਼ ਨੂੰ ਖੁਦਾ ਕਰਕੇ ਛੱਡੇਂਦੇ ਨੇ, ਮੁਹੰਮਦ ਬਖਸ਼ ਨੂੰ ਮਮਦੂ ਕਰਕੇ ਛੱਡ ਮਰੇਂਦੇ ਨੇ। ਇਹੋ ਮਾਂ ਰਮਜ਼ਾਨ ਜੇ ਦੀਆ ਦੀ ਦਾ ਹੈ, ਇਹਦੀ 13-14 ਹਾਈ, ਇਹ ਗਵਾਢਣ ਮੇਰੀ ਪਿਆ ਦਈਏ, ਈਦ ਵਾਲਾ ਦੇ ਹੋਵੇ ਸਾਰੀਆਂ ਅਵਿਆ ਹੈ। ਇਹਦੇ ਕੋਲੋਂ ਤਾਂ ਮੈਂ ਤੁਹਾਨੂੰ ਘਰ ਵਾਲੇ ਦਾ ਨਾਂ ਅਖਵਾਈ ਸਾਂ, ਉਹ ਬੜੀਆਂ ਖੁਸ਼, ਇੱਕ ਸੀਵੀਆਂ ਵਾਲੀ ਈਦ, ਦੂਆ ਇਸ ਘਰ ਵਾਲੇ ਦਾ ਨਾਂ ਚਾਵਣਾ। ਬਾਲਾਂ ਕੋਲੋਂ ਮੋਬਾਈਲ ਹੀ ਲੈ ਲਿਆ ਨੇ ਵੀ ਅਸੀਂ ਟੇਪ ਵੀ ਕਰਨਾ ਹੈ, ਸੁਣਾਈ ਸਾਂ। ਸਾਡੀ ਈਦ ਡਬਲ ਹੋ ਸੀ, ਉਹ ਰਲ ਮਿਲ ਕੇ ਈਦ ਦਾ ਦਿਹਾੜਾ ਆਇਆ, ਇੰਤਜ਼ਾਰ ਕਰਦੀ ਨਹੀਂ, ਚੰਨ ਤਾਂ ਚੜ੍ਹ ਪਿਆ ਆ ਗਿਆ। ਇਹ ਸ਼ੁਕਰ ਹੈ ਇੱਥੇ ਮੈਨੂੰ ਪੜ੍ਹਦਿਆਂ 20 ਸਾਲ ਹੋ ਗਏ ਨੇ, ਮੇਰੀਆਂ ਕੇਸਟਾਂ ਜੇ ਪੁਰਾਣੀਆਂ ਲੱਭਦੀਆਂ ਨਹੀਂ ਤਾਂ ਵੇਖ ਲਵੀ। ਮੈਂ ਜਦਾਂ ਇਹ ਬਾਰਗਾਹ ਮਜਲਸ ਹੁੰਦੀ ਆਈ ਤਦਾਂ ਵੀ ਯਾਦਾਂ, ਅੱਜ ਇੱਥੇ ਘਰ ਪੜ੍ਹਨ ਲੱਗਾ ਤਦਾਂ ਵੀ ਆਦਾਮ, ਅੱਜ ਵੀ ਯਾਦਾਂ। ਗੱਲ ਇਹ ਆ ਗਈ ਹੈ ਚੁਕਾਵਾਂ ਨਹੀਂ, ਸਾਨੂੰ ਹੁਣ ਵਜ਼ੀਰ ਨੇ ਵੀ, ਚੌਧਰੀ ਨੇ ਤਸਦੀਕ ਕਰ ਦਿੱਤੀ ਹੈ, ਈਦ ਦਾ ਚੰਨ ਸਾਨੂੰ ਉਹ ਦੱਸਦੇ ਨੇ ਜਿਹਨਾਂ ਨੂੰ ਆਪਣੀ ਜੁੱਤੀ ਨਜ਼ਰ ਨਹੀਂ ਆਉਂਦੀ। ਇਹ PTI ਦਾ ਵਜ਼ੀਰ ਪਿਆਦਾ ਅਤੇ ਮੌਲੀ ਅਨਵਰ ਅਲੀ ਤੇ ਅੱਗੇ 20 ਸਾਲ ਦਾ ਆਧਾ ਰਹਿੰਦਾ ਸੀ, ਚੰਨ ਨਾ ਦੱਸਣਾ ਜਿਹਨਾਂ ਨੂੰ ਆਪਣਾ ਖੱਲਾ ਨਹੀਂ ਦਿਸ, ਗੌਰ ਫਰਮਿੰਦੇ ਪਏ ਮੇਰੇ ਲਫ਼ਜ਼ਾਂ 'ਤੇ, ਉਹ ਸਾਨੂੰ ਚੰਨ ਦੱਸਦੇ ਨੇ ਦੂਰਬੀਨ 'ਤੇ, ਅਤੇ ਉਹ ਸਾਇੰਸਦਾਨ ਬਿਹਤਰ ਨਹੀਂ ਤਾਂ ਦੱਸਣ, ਲੱਖਾਂ ਰੁਪਈਆ ਚੰਨ ਵੇਖਣ ਦਾ ਲੈਂਦੇ ਨੇ। ਇਹ ਤਾਂ ਮੌਲਵੀ ਤਰਾਵੀਆਂ ਦੇ ਪੈਸੇ ਲੈ ਲਈ, ਗੌਰ ਫਰਮਿੰਦੇ ਪਏ ਮੇਰੇ ਲਫ਼ਜ਼ਾਂ 'ਤੇ, ਅਤੇ ਗੌਰਮੈਂਟਾਂ ਦੀ ਇਹ ਚੰਨ ਦੇ ਪੈਸੇ ਤਾਂ ਨਾ ਲਵੇਣ, ਭੁੱਖ ਮਰ ਵੰਜੇ। ਅਰਜ਼ੇ ਪਿਆ ਕਰਦਾ ਚੰਨ ਤਾਂ ਚੜ੍ਹ ਪਿਆ, ਲੈ ਕੇ ਆਈਆਂ ਉਹਦੇ ਕੋਲ ਕਰਮਾ ਲਈਏ, ਇਸ ਪਠਾਨ ਨੂੰ ਇਸਲਾਮ ਨਾਲ ਬੜਾ ਪਿਆਰ ਹੈ, ਅਤੇ ਦੋਵੇਂ ਫਿਰਾ ਵੀ ਸ਼ਰੀਫ ਇਸਲਾਮ ਆਧੇ ਆਧੇ, ਇੱਕ ਮੁਲਕ ਛੋੜ ਗਿਆ, ਦੂਆ ਦੂਈ ਵਾਰੀ ਜੇਲ੍ਹ 'ਚ ਗਿਆ ਖਲੋਤਾ ਹੈ। ਇਹ ਤੁਹਾਡਾ ਨਾਦਰੇ ਵਾਲਿਆਂ ਕਾਰਡ ਕੋਈ ਨਹੀਂ ਬਣਾਇਆ ਹੋਇਆ, ਸ਼ਰੀਫ ਹੈ ਨਾ ਇਹਨਾਂ ਦਾ, ਬਈ ਕਿਵੇਂ ਸ਼ਰੀਫ ਹੋ ਕੇ, ਸਾਡਾ ਪਿਓ ਹੀ ਸ਼ਰੀਫ ਆਈ, ਸਾਡੀ ਮਾਂ ਸਾਡਾ ਨਾਂ ਸ਼ਰੀਫ ਰੱਖਿਆ ਆਈ, ਪੂਰੀ ਤਵੱਜੋ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤਾਈਂ ਵੇਨੇ ਆ, ਕਿਹੜਾ ਨਹੀਂ ਬੁਲੈਂਦਾ। ਮਾਂ ਪਿਓ ਨਾਂ ਸ਼ਰੀਫ ਰੱਖੇ ਬੰਦਾ ਸ਼ਰੀਫ ਨਹੀਂ ਬਣਦਾ। ਮਿੱਠਾ ਮਦਨੀ ਸੋਹਣਾ ਅਰਬੀ ਪਿਆ ਫਰਮੈਂਦੇ, ਲਾ ਯੁਤਿਮੁ ਸ਼ਰਫਾ ਇਲਾ ਬੇ ਵਿਲਾਇਤ ਅਲੀ ਇਬਨ ਅਬੀ ਤਾਲਿਬ, ਸ਼ਰਾਫਤ ਤਦੋਂ ਤਾਈਂ ਆਉਂਦੀ ਨਹੀਂ ਜਦੋਂ ਤਾਈਂ ਅਲੀ ਦੀ ਵਿਲਾਇਤ ਦਾ ਇਕਰਾਰ ਨਾ ਕਰੇ। ਸ਼ਰੀਫ ਉਹ ਹੈ ਜਿਹੜਾ ਅਲੀ ਦੀ ਵਿਲਾ ਰੱਖਦਾ ਹੈ। ਉਹਨੂੰ ਪਈਆਂ ਆਦੀਆਂ ਜਿਹੜੀ ਇਮਾਮ ਦੇ ਘਰ ਰਹਿੰਦੀ ਹੈ, ਉਹਨਾਂ ਬਿਲਾਵਾਂ ਨੂੰ ਦੀਨ ਨਾਲ ਬੜਾ ਪਿਆਰ ਆ, ਇਸਲਾਮ ਨਾਲ, ਅਤੇ ਇਸ ਪਠਾਨ ਨੂੰ ਵੀ ਖੈਬਰ ਪਖਤੂਨਖਾ ਇਸਲਾਮ ਆ ਗਿਆ,
ਸੈਨ ਮੇ ਢਾ ਸੱਟੇ ਬੱਸਾਂ ਤੇ ਕਾਰਾਂ ਚੋਂ ਕੇਸ ਨਾ ਬੰਨ ਸੱਟੀਆਂ ਜਿਹੜੀਆਂ ਤੇ ਗਾਣੇ ਹਨ ਤੇ ਜੇ ਪੰਜਾਬ ਅਸੈਂਬਲੀ ਚ ਇਸਲਾਮੀ ਬਿੱਲ ਇਸੇ ਬਜਟ ਆਲੇ ਦੇ ਇਕੱਠੇ ਇਜਲਾਸ ਦੇ ਪਾਸ ਹੋ ਵਣੇ ਤੇ ਸਾਨੂੰ ਥੋੜ੍ਹਾ ਥੋੜ੍ਹਾ ਕਰਕੇ ਇਸਲਾਮ ਸਿਖਾ ਕਮ ਅਜ਼ ਕਮ ਮਹੀਨੇ ਦਸ ਕਿਤਨੇ ਨਾ ਪਕਵਾ ਉਸ ਆਖਿਆ ਮਹੀਨੇ ਨੇ ਬਾਰਾਂ ਇਹਨਾਂ ਆਖਿਆ ਮੁੱਕ ਗਈ ਨਾ ਉਹ ਪਈਆ ਦੀਏ ਪਕਾਓ ਮੁਹਰਮ ਸਫ਼ਰ ਰਬੀਓ ਲਵਲ ਰਬੀਓ ਸਾਨੀ ਜਮਾਦੀਓ ਲਵਲ ਜਮਾਦੀਓ ਸਾਨੀ ਰਜਬ ਸ਼ਾਬਾਨ ਮੰਮੂ ਦਾ ਪਿਓ ਕੁਝ ਬੰਦੇ ਅਲੀ ਦਾ ਨਾਂ ਚਾਵਣ ਤੂੰ ਇੰਝ ਵਹਿੰਦੇ ਨੇ ਜਿਵੇਂ ਘਰ ਵਾਲੇ ਦਾ ਨਾਂ ਚਾਵਣ ਤੂੰ ਜੇ ਇਸੇ ਜ਼ੇਤਨ ਤੇ ਚੁੱਪ ਰਾ ਸੈਣ ਉਹ ਆਦੀ ਇਹ ਹੁਣ ਰੱਜ ਗਈ ਹੋ ਇਹ ਇਮਾਮ ਦੇ ਘਰ ਆਉਂਦੀ ਹੈ ਤੇਰੇ ਮੇਰੇ ਵਲਾਵੇਂ 'ਚ ਨਹੀਂ ਆਉਂਦੀ ਉਹ ਉਹਨਾਂ ਲੈ ਕੇ ਇਮਾਮ ਕੋਲ ਆ ਗਈ ਇਮਾਮ ਸਾਹਿਬ ਇਹ 2 ਵਜੇ ਲਾਉਂ ਦੀਨ ਸਪੀਕਰ 'ਤੇ ਪੜ੍ਹਾਵੇਂ ਦੱਸਣ ਲੱਗਣਾ ਸਾਰਾ ਸਾਨੂੰ ਸਿੱਖਈ ਨਾ ਵਿਹੜੇ ਹੀ ਪੜ੍ਹਾਇਆ ਏ ਉਸ ਆਖਿਆ ਦਰਸ ਇਸਲਾਮੀਆਤ ਨਾਜ਼ਰਾ ਕੁਰਾਨ ਇਹ ਪੜ੍ਹਾਈਂਦੀ ਹੈ ਪੜ੍ਹੀ ਲਿਖੀ ਮਸਤੂਰ ਏ ਉਹਨਾਂ ਆਖਿਆ ਸਾਰਾ ਮੈਨੂੰ ਆਪ ਨੂੰ ਘਾਲੇ ਮੈਂ ਇੱਕ ਥਾਰੇ ਅੱਗਾਂ ਦਿਆਂ ਮੈਂ ਪੜ੍ਹਨਾ ਅਰਜ਼ੇ ਕਰਦਾ ਗੁਜ਼ਾਰਿਸ਼ ਏ ਮੁਕਾਵਣ ਵਾਲਾ ਇਹ ਦੱਸੋ ਬਾਈ ਇਹ ਸਾਨੂੰ ਦੀਨ ਦੱਸੇ ਨਾ ਹੈ ਵਿਹੜੇ ਉਸ ਆਖਿਆ ਪੜ੍ਹੀ ਲਿਖੀ ਉਹਨਾਂ ਆਖਿਆ ਹੁਣ ਤਾਂ ਇਸਲਾਮੀ ਮਹੀਨਿਆਂ ਦੇ ਨਾਂ ਹੀ ਨਹੀਂ ਆਉਂਦੇ ਇਮਾਮ ਉਲੀ ਕਾਵੜੇ ਹੋਏ ਉਹਨਾਂ ਨਾਲ ਲੈਂਦੇ ਆ ਕੇ ਆ ਦਿਨ ਕਰਮਾ ਲਈਏ ਇਸਲਾਮੀ ਮਹੀਨੇ ਕਿਤਨੇ ਉਸ ਆਖਿਆ 12 ਇਮਾਮ ਸਾਹਿਬ ਆਖਿਆ ਹਾਂ ਠਰ ਗਿਆ ਉਸ ਆਖਿਆ ਤੇ ਨਾ ਉਸ ਆਖਿਆ ਮੁਹਰਮ ਸਫ਼ਰ ਰਬੀਓ ਲਵਲ ਰਬੀਓ ਸਾਨੀ ਜਮਾਦੀਓ ਲਵਲ ਜਮਾਦੀਓ ਸਾਨੀ ਰਜਬ ਸ਼ਾਬਾਨ ਮੰਮੂ ਦਾ ਪਿਓ ਸ਼ਵਾਲ ਜ਼ੀਕਾਦ ਉਹ ਆਈਏ ਮੰਮੂ ਦੇ ਪਿਓ ਤੇ ਘਰ ਵਾਲੇ ਹੱਥ ਗਤਿਆ ਖੱਲੇ ਤੇ ਪੌਲੇ ਨੂੰ ਉਹ ਆਦਾ ਜੈ ਲਾਮਾ ਲਓ ਨਾ ਖੁਦਾ ਤਾਂ ਇੱਥੇ ਲਾਨਤ ਕਰੇ ਬਾਹਰੋਂ ਕਮਾ ਕੇ ਲੈ ਆਵਾਂ ਮੈਂ ਸੀਵੀਆਂ ਆਣ ਦੇਵਾਂ ਮੈਂ ਜ਼ਰਦਾ ਪੁਲਾ ਪੈਸਾ ਟੱਕਾ ਥਿਗੜੇ ਕੱਪੜੇ ਆਣ ਦੇਵਾਂ ਮੈਂ ਨਾ ਹੀ ਤੂੰ ਮੈਂ ਆਉਂਦਾ ਨਾ ਚਾਹੇ ਕਮਲੀ ਮਾਂ ਦੇ ਪੋਤਰਾ ਖਾਵੇਂ ਅਲੀ ਦੇ ਸਦਕੇ ਪੀਵੇਂ ਅਲੀ ਦੇ ਸਦਕੇ ਜਿਵੇਂ ਅਲੀ ਦੇ ਸਦਕੇ ਨਾ ਹੀ ਅਲੀ ਦਾ ਚਾਹੀਦੇ ਆ ਕੰਨ ਰੱਤੇ ਕਰੇ ਤੇ ਮੱਥੇ ਤੇ ਵੱਟ ਪਾਵੇਂ ਹੈਦਰੀ ਬਿਸਮਿਲ੍ਲਾ ਬਸ ਇਤਨਾ ਹੀ ਪੜ੍ਹਨਾ ਆਈ ਬਲਕਿ ਜ਼ਿਆਦਾ ਪੜ੍ਹ ਗਿਆ ਥੱਕਾ ਨਾ ਭੁੱਲਾ ਨਾ ਮੈਨੂੰ ਇੱਕ ਮਹੀਨਾ ਹੋਇਆ ਹੈ ਕਰਬਲਾ ਚੋਂ ਆਇਆ ਬਿਸਮਿਲ੍ਲਾ ਨੈੱਟ 'ਤੇ ਵੀ ਤੈਨੂੰ ਮਿਲ ਰਹੀ ਸੀ ਕਰਬਲਾ ਮਸਜਿਦ ਇਮਾਮ ਜਾਫਰ ਸਾਦਿਕ ਦੇ ਨਾਲ ਜਗ੍ਹਾ ਬਣੀ ਹੋਈ ਹੈ ਜ਼ਵਾਰ ਬੈਠੇ ਉੱਥੇ ਮੈਨੂੰ ਆਖਿਆ ਨੇ ਮਜਲਿਸ ਪੜ੍ਹ ਚਾ ਦਰਿਆ ਫੁਰਾਤ ਦੇ ਕਿਨਾਰੇ 'ਤੇ ਰੋਜ਼ੇਦਾਰਾਂ ਹੋ ਨਮਾਜ਼ੀਆਂ ਹੋ ਮੈਂ ਫੁਰਾਤ ਵਾਂਧਾ ਜੂ ਪਿਆ ਹੀ ਕਰਬਲਾ ਮੁਖਾਤਿਬ ਹੋ ਕੇ ਇਹੋ ਕੁਝ ਆਖਿਆ ਹੈ ਮੈਂ ਆਖਿਆ ਦਰਿਆ ਫੁਰਾਤ ਮੈਂ ਪਾਕਿਸਤਾਨ 'ਚ ਤੈਨੂੰ ਉਲਾਮਾ ਦੇਣ ਆਇਆ ਬਿਸਮਿਲ੍ਲਾ 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 ਢੇਰ ਬੰਦਿਆਂ ਦੀ ਹਾਏ ਹਾਂਜੀ ਢਾਹ ਨਿਕਲ ਪਈ ਹੈ ਮੈਂ ਕਰਬਲਾ 'ਚ ਤੈਨੂੰ ਉਬਾ ਉਲਾਮਾ ਦੇਣ ਆਇਆ ਅੱਜ ਹੀ ਤਾਂ ਠਾਠਾ ਮਾਰ ਕੇ ਵਾਂਧਾ ਪਿਆ ਹੈ ਜਦਾਂ ਹਰ ਖੈਮੇ 'ਚ ਸਕੀਨਾ ਇੱਕ ਵਾਰੀ ਗਈ ਆਈ ਅੱਬਾਸ ਦੇ ਖੈਮੇ 'ਚ 9 ਵਾਰੀ ਆਈ ਆਈ ਆਦੀ ਆਈ ਚਾਚੇ ਨੂੰ ਆਖੋ ਪਾਣੀ ਲੈ ਆਵੇ ਬਿਸਮਿਲ੍ਲਾ 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 ਅਜਰੋ ਕੋਮਲ ਅੱਲਾਹ ਇੱਕ ਜੁਮਲਾ ਆਦਾਂ ਖਦੀਜਾ ਦੀ ਧੀ ਹੈ ਜ਼ਹਰਾ ਜ਼ਹਰਾ ਦਾ ਪੋਤਰੇ ਹਸਨ ਥੱਕਾ ਨਾ ਭੁੱਲਾ ਨਾ ਮੈਂ ਦੂਜੇ ਇਮਾਮ ਦਾ ਨਾਂ ਚਾਇਆ ਹੈ ਜਿਹੜਾ ਆਇਆ ਅੱਖੀਂ ਦਾ ਵੁਜ਼ੂ ਤੇ ਇਬਾਦਤ ਕਰੇ ਨੇ ਕਾਫੀ ਦੇਰ ਦਾ ਬੈਠਾ ਹੈ ਹੋ ਗਿਆ ਤੇਰੇ ਹਿੱਸੇ ਦੀ ਇਬਾਦਤ ਇੱਕ ਜੁਮਲਾ ਮੈਂ ਆਖਣਾ ਚਾਹੁੰਦਾ ਜਿੱਥੋਂ ਜਿੱਥੋਂ ਆਇਆ ਦੂਰ ਦੂਰ ਦੇ ਮੇਰੇ ਬਜ਼ੁਰਗ ਵੀਰਾ ਆਏ ਬੈਠੇ ਮੈਂ ਇੱਕ ਇੱਕ ਜਹਾਂ ਦਾ ਨਾਂ ਨਾ ਚਾਹਵਾਂ ਮੈਂ ਤੇਰੇ 'ਤੇ ਸਵਾਲ ਕਰਦਾ ਅੱਜ ਤਾਈਂ ਮੈਨੂੰ ਕੋਈ ਇਹੋ ਜਿਹਾ ਕਬਰਿਸਤਾਨ ਦੱਸ ਸਕਦਾ ਹੈ ਜਿਸ 'ਚ ਦਫ਼ਨ ਕੋਈ ਨਾ ਮਈਅਤ ਨੂੰ ਹੋਣ ਦੇਵੇ ਬਿਸਮਿਲ੍ਲਾ ਜਿਹਨਾਂ ਜੁਮਲਾ ਸਮਝ ਲਿਆ ਉਹਨਾਂ ਦੀ ਹਾਏ ਵੀ ਨਿਕਲ ਪਈ ਬਿਸਮਿਲ੍ਲਾ ਬਿਸਮਿਲ੍ਲਾ ਉਹਨਾਂ ਰੋ ਵੀ ਲਿਆ ਜਿਹਦੀ ਅੱਜ ਸ਼ਹਾਦਤ ਹੈ ਮੈਂ ਉਹਦੀ ਸੱਕੀ ਧੀ ਦੇ ਸੱਕੇ ਪੁੱਤਰ ਦਾ ਜੁਮਲਾ ਪਿਆ ਆਦਾਂ ਕੋਈ ਮਈਅਤ ਦੱਸ ਸਕਦਾ ਜਿਹਨੂੰ ਕਬਰਿਸਤਾਨ 'ਚ ਦਫ਼ਨ ਕੋਈ ਨਾ ਹੋਣ ਦੇਵੇ ਬਿਸਮਿਲ੍ਲਾ ਬਿਸਮਿਲ੍ਲਾ ਜਨਾਬ ਖਦੀਜਾ ਖਦੀਜਾ ਦੀ ਧੀ ਜ਼ਹਰਾ ਹੁਸੈਨ ਦੀ ਅੰਮਾ ਹਸਨ ਦੀਆਂ ਭੈਣਾਂ ਤੇਰੀ ਮੁਖਾਨ ਕਬੂਲ ਫਰਮਾਵੇਣ ਸਿਰਫ ਦਫ਼ਨ ਨਾ ਹੋਵਣ ਦੇਵੇਣਾ
ਅਸੀਂ ਮਾਵਾਂ ਤੇ ਧੀਆਂ ਨੂੰ ਮਜਲਸਾਂ ਹੀ ਨਾ ਗੱਲੀਏ ਆ। ਮੁਸਲਮਾਨ ਦੇ ਬੱਚਿਆ ਜਨਾਜ਼ੇ 'ਚ ਤੀਰ ਤਾਂ ਨਾ ਮਾਰੇ ਨਾ। ਅੱਜ ਰੋਕੋ ਮਲ ਅੱਲਾ, ਅੱਜ ਰੋਕੋ ਮਲ ਅੱਲਾ, ਸ਼ਹੀਦਾਂ ਤੋਂ ਮਾਫ਼ੀ ਮੰਗ ਕੇ ਜੁਮਲਾ ਦਾਂ। ਰੋਵਣ ਵਾਲੇ ਆ ਜਨਾਜ਼ੇ 'ਚ ਸਫ਼ਰ ਦੀ 28 ਮੁਹੰਮਦ ਦਾ ਮਦੀਨਾ, ਤੀਰਾਂ ਦੀ ਬਾਰਿਸ਼, ਵਫਾ ਦਾ ਖਾਲੇ, ਕੁੰਬਲ ਬਨੀਨ ਦਾ ਲਾਲ, ਜ਼ੈਨਬ ਦੀ ਟੇਕ, ਦੋਵਾਂ ਭੈਣਾਂ ਦਾ ਪਰਦਾ, ਇਹੋ ਕੁਝ ਪਿਆਦਾ ਹੈ। ਬਿਰਾ ਸਰਦਾਰ ਜਨਾਜ਼ੇ ਕੋਲ ਤੂੰ ਖਲੋ, ਇੱਕ ਲਾਜ਼ਾ ਮੋਹਲਤ ਦੇ, ਮੈਂ ਹਵੇਲੀ 'ਚ ਹੋ ਲਵਾਂ। ਹੁਸੈਨ ਜਿਹੜਾ ਹੀ ਸਾਬਿਰ ਹਾਈ ਅੱਖੀਂ ਵਸ ਪਈਆਂ ਸਨ, ਰੋ ਕੇ ਫਰਮੇਂਦੇ ਅੱਬਾਸ ਤੂੰ ਵੰਜ, ਮੇਰਾ ਭਰਾ ਹੈ ਮੈਂ ਖਲੋਤਾਂ। ਅੱਬਾਸ ਆਏ ਹਵੇਲੀ ਵਾਲੇ ਪਾਸੇ, ਤਮਹੀਦ ਮੁੱਕ ਗਈ, ਮਜ਼ਮੂਨ ਸ਼ੁਰੂ ਚੰਦ ਮਿੰਟ ਦਾ। ਮੈਨੂੰ ਦੱਸ ਸਕਣਾ ਅੱਬਾਸ ਦਾ ਮਿਜ਼ਾਜ ਤਾਂ ਤੋਏ ਸੁਣੇ ਹੋਇਆ ਹੈ। ਅੱਬਾਸ ਜਦੋਂ ਵੀ ਇਹਨਾਂ ਬੀਬੀਆਂ ਨੂੰ ਵੇਖਿਆ, ਰੁਕ ਵੰਜੇ ਆ, ਝੁਕ ਵੰਜੇ ਆ, ਸਲਾਮ ਕਰੇ ਆ, ਇਜਾਜ਼ਤ ਲਵੇ ਆ, ਤਾਂ ਅੰਦਰ ਦਾਖਿਲ ਹੋਵੇ ਆ। ਹੁਣ ਮੈਨੂੰ ਦੂਜੇ ਸਵਾਲ ਦਾ ਜਵਾਬ ਦੇ, ਰੋਮਣਾ ਨਸੀਬਾਂ ਲਈ ਆਖੇ, ਜਿਸ ਜਨਾਜ਼ੇ ਨੂੰ ਘਰ 'ਚੋਂ ਬਾਹਰ ਨਿਕਲਿਆ 8 ਜਾਂ 9 ਮਿੰਟ ਗੁਜ਼ਰੇ ਹੋਵੇ, ਉਸ ਘਰ ਦੇ ਪਰਦੇਦਾਰ ਅੰਦਰ ਵਾਲੇ ਕਮਰੇ 'ਚ ਹੋ ਬਾਂਧਣ ਜਾਂ ਬਾਹਰ ਵਾਲਾ ਦਰਵਾਜ਼ਾ ਮਲ ਖੜਦੇ? ਬਿਸਮਿਲ੍ਲਾ, ਬਿਸਮਿਲ੍ਲਾ, ਜਨਾਬ ਖਦੀਜਾ ਤੇਰੀ ਹਾਏ, ਤੇਰੀ ਹੰਜ, ਤੇਰੀ ਡਾ, ਬਿਸਮਿਲ੍ਲਾ, ਤੇਰਾ ਮਾਤਮ ਕਬੂਲ ਫਰਮਾਵੇ। ਅਜਰੋ ਕੋ ਮਲ ਅੱਲਾ, ਇਸ ਗਮ ਤੋਂ ਬਗੈਰ ਦੁਨੀਆਂ ਦਾ ਕੋਈ ਗਮ ਨਾ ਵੇਖੇ। ਦੋਵੇਂ ਭੈਣਾਂ ਬਾਹਰ ਵਾਲਾ ਦਰਵਾਜ਼ਾ ਪਰਦੇ ਦੇ ਅੰਦਰੋਂ ਮਲ ਕੇ ਖੜੀਆਂ, ਅੱਬਾਸ ਆਏ ਨ, ਇੱਕ ਕਦਮ ਅੰਦਰ ਏ, ਇੱਕ ਬਾਹਰ ਏ, ਸੱਜੇ ਖੱਬੇ ਮੁਰਸ਼ਿਦਜ਼ਾਦੀਆਂ ਨੂੰ ਡਿੱਠਾ, ਅੱਜ ਰੁਕਿਆ ਨਹੀਂ, ਅੱਜ ਝੁਕਿਆ ਨਹੀਂ, ਅੱਜ ਸਲਾਮ ਨਿਸ ਕੀਤਾ, ਅੱਜ ਇਜਾਜ਼ਤ ਨੇਸ ਮੰਗੀ। ਵੇਖੀ ਮੇਰੇ ਪਾਸੇ, ਅੱਬਾਸ ਉਬਾਲੇ ਕਦਮ ਅੰਦਰ 'ਚ ਆਏ ਨੇ, ਵਿਹੜੇ 'ਚੋਂ ਗੁਜ਼ਰਦਿਆਂ ਅੰਦਰੋਂ ਤਲਵਾਰ 'ਚ ਆਈਏ, ਤਲਵਾਰ ਚਾ ਕੇ ਵਿਹੜੇ 'ਚੋਂ ਗੁਜ਼ਰਦਾ ਪਿਆ, ਮਿਆਨ 'ਚੋਂ ਕਢੇਂਦਾ ਵਹਿੰਦਾ, ਗੁੱਸੇ ਤੋਂ ਅੱਖੀ ਸੁਰਖੇ ਨੇ, ਜਿਸਮ ਕੰਬਦਾ ਪਏ, ਉਬਾਲੇ ਕਦਮ ਬਾਹਰ ਗਏ, ਜ਼ੈਨਬ ਦੀ ਢਾਹ ਨਿਕਲੀਏ, ਵਹਿਣ ਕਰਕੇ ਕੁਲਸੂਮ ਦੇ ਮੋਢੇ 'ਤੇ ਹੱਥ ਰੱਖ ਕੇ ਰੋ ਕੇ ਪਈ ਆਦੀਏ, ਅੱਗੇ ਇੱਕ ਹਸਨ ਬਿਰਾਹ ਨੂੰ ਪਈਆਂ ਰੋਂਦੀਆਂ, ਦੁਆ ਮੰਗ ਬਾਜ਼ਾਰ 'ਚ ਹੁਸੈਨ ਦੋ ਖੈਰ ਹੋਵੇ। ਰੋ ਲਏ, ਰੋ ਲਏ, ਅੱਜ ਮਦੀਨੇ 'ਚ ਸਹਰਾ ਪਈ ਰੋ। ਬਿਸਮਿਲ੍ਲਾ, ਬਿਸਮਿਲ੍ਲਾ ਕਰਾਂ, ਹਾਂ ਬਿਸਮਿਲ੍ਲਾ ਕਰਾਂ। ਅੱਬਾਸ ਦੀ ਉਬਾਲੀ ਤੋਰ ਵੇਖ, ਅੱਖੀ ਦਾ ਰੰਗ ਵੇਖ, ਅੱਬਾਸ ਆਏ ਬਾਜ਼ਾਰ ਮਦੀਨਾ, ਹਸਨ ਦੇ ਜਨਾਜ਼ੇ ਦੇ ਲੱਤਾਂ ਦੀਓ ਦੁਬਾਰਾ ਤੀਰਾਂ ਦੀ ਬਾਰਿਸ਼ ਲੱਥੀਏ, ਅੱਬਾਸ ਤਲਵਾਰ ਮਿਆਨ 'ਚੋਂ ਕੱਢੀਏ, ਚਲਾਵੇਂ ਲੱਗੇ, ਆਜ਼ਾਦਾਰਾਂ ਆਓ, ਹੁਸੈਨੀਆਂ ਆਓ, ਮਾਤਮੀਆਂ ਆਓ, ਸਾਹਮਣੇ ਹੁਸੈਨ ਲੱਗੇ ਆਏ, ਹੱਥ ਜੋੜ ਕੇ ਆਦੇ ਨੇ, ਅੱਬਾਸ ਮੈਡੋ ਦੇਖ, ਮੈਂ ਡਾਡਾ ਗਰੀਬ ਹਾਂ, ਤਲਵਾਰ ਨਾ ਚਲਾਵੀਂ, ਇਹ ਮਦੀਨਾ ਹੈ, ਮੇਰੀਆਂ ਭੈਣਾਂ ਛੋੜਨਾ ਤੇਰੇ ਆਸਰੇ 'ਤੇ। ਬਿਸਮਿਲ੍ਲਾ, ਜਵਾਨੀ ਮਾਣੇ, ਬਿਸਮਿਲ੍ਲਾ ਕਰਾਂ। ਆਖਰੀ ਸਤਰ, ਅੱਬਾਸ ਤਲਵਾਰ ਮਿਆਨ 'ਚ ਪਾਈਏ, ਹੱਥ ਮੱਲਣ ਲੱਗ ਗਿਆ, ਰੋ ਕੇ ਆਦਾ, ਮੇਰਾ ਸਰਦਾਰ ਇਹ ਦੱਸ, ਬਿਰਾ ਦਾ ਜਨਾਜ਼ਾ ਦੁਬਾਰਾ ਹਵੇਲੀ 'ਚ ਲੈ ਵਹਿਣਾ? ਜਿੱਡਾ ਹੀ ਸਾਬਿਰ ਹਾਈ, ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ। ਰੋ ਪਿਆ ਹੁਸੈਨ, ਰੋ ਕੇ ਆਦਿਨ, ਕਫਨ ਦਾ ਰੰਗ ਬਦਲ ਗਿਆ ਹੈ, ਕਫਨ ਤਬਦੀਲ ਕਰਨਾ ਹੈ, ਜਨਾਜ਼ੇ 'ਚੋਂ ਤੀਰ ਕੱਢਣੇ ਨੇ, ਲੈ ਵੈਣਾ ਦੁਬਾਰਾ ਹਵੇਲੀ। ਅੱਬਾਸ ਰੋ ਕੇ ਆਦਿਨ, ਤੁਹਾਨੂੰ ਆਇਆ ਢਿੱਲ ਹੋਈ ਏ, ਮੈਂ ਹੁਣ ਪਿਆ ਨਾ, ਤੇਰੀਆਂ ਦੋਵੇਂ ਭੈਣਾਂ ਬਾਹਰ ਵਾਲਾ ਦਰਵਾਜ਼ਾ ਮਲ ਕੇ ਪਰਦੇ ਦੇ ਅੰਦਰੋਂ ਖਲੋਤੀਆਂ, ਜਦਾਂ ਤੀਰਾਂ ਵਾਲਾ ਹਸਨ ਦਾ ਜਨਾਜ਼ਾ ਹਵੇਲੀ 'ਚ ਗਿਆ, ਜ਼ੈਨਬ ਤੇਰੇ ਕੋਲੋਂ ਨਹੀਂ ਪੁੱਛਣਾ, ਉਹਨਾਂ ਆਖਣਾ ਹੈ ਸਾਡਾ ਮਾਣ ਅੱਬਾਸ, ਸਾਡਾ ਦਲੇਰ ਵੀਰੋ ਅੱਬਾਸ, ਤੂੰ ਹੀ ਨਾਲ ਹੈ ਮੋਏ ਬਿਰਾ ਦੇ ਜਨਾਜ਼ੇ 'ਚ ਵੱਤ ਵੱਤੀ। ਸਮੇਂ ਮੋਹਤਰਮ।